ਹੈਲੋ ਨਮਸਕਾਰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸਾਨੂੰ ਕੈਨੇਡਾ ਦੇ ਵਿੱਚ ਚੈਨਲ ਪੰਜਾਬੀ ਔਰ ਯੂ ਐੱਸ ਦੇ ਵਿੱਚ ਗਲੋਬਲ ਪੰਜਾਬ ਟੀਵੀ ਉੱਤੇ ਦੇਖ ਰਹੇ ਹੋ ਮੈਂ ਹਾਂ ਤੇਜਵੀਰ ਸਿੰਘ ਦੁੱਗਾ ਪ੍ਰੋਗਰਾਮ ਦਾ ਨਾਂ ਹੈ ਡਿਸਕਸ਼ਨ ਪੁਆਇੰਟ ਬੀਤੇ ਹਫ਼ਤੇ ਅਸੀਂ ਸਿਹਤ ਸੰਬੰਧੀ ਗੱਲਬਾਤ ਕਰ ਰਹੇ ਸਾਂ ਕੁਝ ਇੱਕ ਡਾਕਟਰਸ ਕੁਝ ਇੱਕ ਡਾਇਟੀਸ਼ੀਅਨਸ ਜਿਹੜੇ ਡਾਇਬਟੀਜ਼ ਬਾਰੇ ਗੱਲਬਾਤ ਕਰਨ ਲਈ ਆਏ ਸਨ ਤੁਸੀਂ ਆਪਣੀ ਸਿਹਤ ਨੂੰ ਕਿਵੇਂ ਧਿਆਨ ਰੱਖਣਾ ਹੈ ਉਹਦਾ ਔਰ ਕਿਵੇਂ ਤੁਸੀਂ ਆਪਣਾ ਜੀਵਨ ਨੂੰ ਵਧੀਆ ਬਣਾ ਸਕਦੇ ਹੋ ਉਹ ਚੀਜ਼ਾਂ ਉਹੀ ਖਾਣੀਆਂ ਨੇ ਜੋ ਪਹਿਲਾਂ ਤੁਸੀਂ ਖਾਂਦੇ ਹੁੰਦੇ ਹੋ ਔਰ ਇਸ ਟੋਪਿਕ 'ਤੇ ਜੇ ਗੱਲਬਾਤ ਤੁਸੀਂ ਬੜੀ ਪਸੰਦ ਕੀਤੀ ਫੀਡਬੈਕ ਤੁਹਾਡੀ ਈਮੇਲ ਜ਼ਰੀਏ ਸਾਨੂੰ ਮਿਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਵੀ ਇੱਕ ਬੜਾ ਅਹਿਮ ਵਿਸ਼ਾ ਹੈ ਜਿਹਦੇ 'ਤੇ ਗੱਲ ਕਰਨੀ ਹੈ ਉਹਦੇ 'ਤੇ ਨਜ਼ਰ ਮਾਰਦੇ ਹਾਂ GTA ਗ੍ਰੇਟਰ ਟੋਰਾਂਟੋ ਏਰੀਆ ਦੀ ਰੀਅਲ ਸਟੇਟ ਮਾਰਕੀਟ ਜਿਹੜੀ ਹੈ ਜੀ ਉਹ ਬੜੀ ਅੱਛੀ ਹੈ ਕਿਉਂਕਿ ਜਿੰਨੇ ਵੀ ਨੰਬਰਸ ਇੱਥੇ ਦੇਖਣ ਨੂੰ ਮਿਲਦੇ ਨੇ ਹਰ ਸਾਲ ਜਿੰਨੀਆਂ ਰਿਪੋਰਟਸ ਆਉਂਦੀਆਂ ਨੇ ਚਾਹੇ ਉਹ ਟੋਰਾਂਟੋ ਰੀਅਲ ਸਟੇਟ ਬੋਰਡ ਦੀਆਂ ਹੋਣ ਓਨਟਾਰੀਓ ਰੀਅਲ ਸਟੇਟ ਐਸੋਸੀਏਸ਼ਨ ਦੀਆਂ ਹੋਣ ਹਮੇਸ਼ਾ ਰੀਅਲ ਸਟੇਟ ਜਿਹੜੀ ਆ ਉਹ ਵੱਧਦੀ ਹੈ ਇੱਥੇ ਡਿਮਾਂਡ ਕਰਾਂ ਦੀ ਔਰ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਖਾਸ ਕਰ ਕਾਫੀ ਉਹਨਾਂ ਦੀ ਡਿਮਾਂਡ ਵਧੀ ਹੈ ਉਹਨਾਂ ਦੀ ਜਿਹੜੀ ਐਪਰੀਸੀਏਸ਼ਨ ਹੈ ਉਹ ਵੀ ਬੜੀ ਚੰਗੀ ਹੈ ਸੋ ਕੁੱਲ ਮਿਲਾ ਕੇ ਜੇ ਕਹਿ ਲਿਆ ਜਾਵੇ ਤਾਂ ਓਨਟਾਰੀਓ ਦੀ ਰੀਅਲ ਸਟੇਟ ਮਾਰਕੀਟ ਸਪੈਸ਼ਲੀ GTA ਗ੍ਰੇਟਰ ਟੋਰਾਂਟੋ ਏਰੀਆ ਦੀ ਰੀਅਲ ਸਟੇਟ ਮਾਰਕੀਟ ਬੜੀ ਅੱਛੀ ਹੈ ਨਵੇਂ ਘਰਾਂ ਨੂੰ ਖਰੀਦਣ ਦਾ ਟ੍ਰੈਂਡ ਬੜਾ ਹੈ ਲੋਕਾਂ 'ਚ ਕਿਉਂਕਿ ਬੜੀ ਸਾਰੀ ਇਮੀਗ੍ਰੇਸ਼ਨ ਹੋ ਕੇ ਲੋਕ ਇੱਥੇ ਪਹੁੰਚਦੇ ਨੇ ਔਰ ਇਸੇ ਇਹੀ ਇੱਕ ਓਨਟਾਰੀਓ ਐਸੀ ਹੱਬ ਹੈ ਜਿਹੜੀ ਨਵੇਂ ਜਿਹੜੇ ਆਉਣ ਵਾਲੇ ਇਮੀਗ੍ਰਾਂਟਸ ਨੇ ਉਹਨਾਂ ਵਾਸਤੇ ਰਹਿਣ ਦਾ ਚੰਗਾ ਇੱਕ ਜ਼ਰੀਆ ਬਣਦੀ ਹੈ ਇੱਥੇ ਬਹੁਤ ਸਾਰੇ ਕੰਮਾਂ ਦੀਆਂ ਵੀ ਸਹੂਲਤ ਹੈ ਤਾਂ ਜੋ ਬਹੁਤ ਸਾਰੇ ਲੋਕ ਇੱਥੇ ਆ ਕੇ ਸੈਟਲ ਹੋ ਸਕਦੇ ਆ ਜੀ ਪਰ ਜਦੋਂ ਅਸੀਂ ਨਵੇਂ ਘਰ ਇਹਨਾਂ ਬਿਲਡਰਾਂ ਕੋਲੋਂ ਖਰੀਦਦੇ ਜਿਹੜੇ ਟ੍ਰੈਡੀਸ਼ਨਲ ਬਿਲਡਰ ਨੇ ਜੀ ਬੜੇ ਸਾਲਾਂ ਤੋਂ ਚੱਲੇ ਆਉਂਦੇ ਨੇ ਜਦੋਂ ਅਸੀਂ ਉਹਨਾਂ ਤੋਂ ਨਵੇਂ ਘਰ ਖਰੀਦਦੇ ਹੈਗੇ ਹਾਂ ਉਹਨਾਂ ਉਦੋਂ ਤੁਹਾਨੂੰ ਬੜੀਆਂ ਚੀਜ਼ਾਂ ਧਿਆਨ 'ਚ ਰੱਖਣ ਦੀ ਲੋੜ ਹੈ ਜੀ ਟੈਰੀਓਨ ਵਾਰੰਟੀ ਇੱਕ ਵੱਡਾ ਇਸ ਪਾਰਟ ਹੈ ਜਦੋਂ ਅਸੀਂ ਨਵੇਂ ਘਰਾਂ ਨੂੰ ਖਰੀਦਦੇ ਹੋ ਇਹ ਕੀ ਹੈ ਟੈਰੀਓਨ ਵਾਰੰਟੀ ਦੇ ਬਾਰੇ ਸਾਡੀ ਅੱਜ ਗੱਲਬਾਤ ਹੋਏਗੀ ਇੱਕ ਇਹੋ ਜਿਹੀ ਵਾਰੰਟੀ ਜਿਹੜੀ ਤੁਹਾਨੂੰ ਕਵਰ ਕਰਦੀ ਹੈ ਨਿਊ ਹੋਮ ਬਾਇਰਸ ਨੂੰ ਬਹੁਤ ਸਾਰੇ ਲੋਕਾਂ ਕੋਲ ਦੀ ਇਨਫੋਰਮੇਸ਼ਨ ਨਹੀਂ ਹੈ ਜੇ ਹੈ ਤਾਂ ਫਿਰ ਬੜੀ ਲਿਮਿਟਡ ਇਨਫੋਰਮੇਸ਼ਨ ਹੈ ਜੀ ਕਿ ਕਿਵੇਂ ਤੁਸੀਂ ਤੁਹਾਡੇ ਬੜੇ ਲੱਖਾਂ ਡਾਲਰ ਤੁਸੀਂ ਖਰਚ ਦਿੰਦੇ ਹੋ ਜਦੋਂ ਤੁਸੀਂ ਘਰਾਂ ਦੀ ਖਰੀਦੋ ਫਰੋਖਤ ਕਰਦੇ ਹੋ ਬੜੀਆਂ ਲੰਬੀਆਂ ਲਾਈਨਾਂ 'ਚ ਖੜ ਕੇ ਤੁਸੀਂ ਘਰਾਂ ਨੂੰ ਮੈਂ ਲੈਂਦੇ ਤੁਹਾਨੂੰ ਵੇਖਿਆ ਜੀ ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਜਿਹੜੀਆਂ ਤੁਹਾਡੀਆਂ ਬਣਦੀਆਂ ਨੇ ਤੁਹਾਡੇ ਆਪਣੇ ਹੱਕ ਨੇ ਤੁਸੀਂ ਉਹਨਾਂ 'ਤੇ ਧਿਆਨ ਨਹੀਂ ਦਿੰਦੇ ਇਹ ਸਾਰੀਆਂ ਚੀਜ਼ਾਂ ਓਨਟਾਰੀਓ ਬਿਲਡਿੰਗ ਕੋਡ ਦੇ ਹਿਸਾਬ ਨਾਲ ਜੋ ਸਟੈਂਡਰਡਸ ਨੇ ਬਿਲਡਰਸ ਦੇ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਦੇ ਪੈਸੇ ਤੁਹਾਡੇ ਤੋਂ ਡਾਲਰ ਜਿਹੜੇ ਨੇ ਐਗਰੀਮੈਂਟ ਆਫ ਸੇਲ ਐਂਡ ਪਰਚੇਸ ਲਾਏ ਜਾਂਦੇ ਨੇ ਜਿਹੜੀ ਟੈਰੀਓਨ ਵਾਰੰਟੀ ਹੈ ਇਹਦੀ ਵੀ 2-3-4 ਹਜ਼ਾਰ ਡਾਲਰ ਦੀ ਫੀਸ ਤੁਹਾਡੇ ਤੋਂ ਹੀ ਲਈ ਜਾਂਦੀ ਹੈ ਪਰ ਇਹ ਤੁਹਾਨੂੰ ਕਿਵੇਂ ਕਵਰ ਕਰਦੀ ਹੈ ਜੇ ਤੁਹਾਡੇ ਨਵੇਂ ਘਰਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਿੱਥੇ ਜਾਣਾ ਹੈ ਇਹਦੇ ਬਾਰੇ ਕਿਹੜੀਆਂ ਕਿਹੜੀਆਂ ਦਿੱਕਤਾਂ ਜਿਹੜੀਆਂ ਅੱਗੇ ਚੱਲ ਕੇ ਆਉਂਦੀਆਂ ਨੇ ਔਰ ਇਹ ਟੈਰੀਓਨ ਵਾਰੰਟੀ ਜਿਹੜੀ ਓਨਟਾਰੀਓ 'ਚ ਹਮੇਸ਼ਾ ਇੱਕ ਵਿਵਾਦਾਂ ਦਾ ਵਿਸ਼ਾ ਰਹੀ ਹੈ ਬਹੁਤ ਸਾਰੇ ਪ੍ਰੈਸ਼ਰ ਗਰੁੱਪਸ ਇਹ 'ਤੇ ਕੰਮ ਵੀ ਕਰ ਰਹੇ ਨੇ ਤੁਹਾਡੇ ਹੱਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਅੱਜ ਟੈਰੀਓਨ ਵਾਰੰਟੀ ਬਾਰੇ ਅਸੀਂ ਗੱਲਬਾਤ ਕਰਾਂਗੇ ਕੀ ਹੈ ਔਰ ਤੁਹਾਡੇ ਨਵੇਂ ਘਰਾਂ ਨੂੰ ਇਹ ਕਿਵੇਂ ਕੁਝ ਇੱਕ ਚੀਜ਼ਾਂ ਸਾਲ ਵਾਸਤੇ 7 ਸਾਲ ਵਾਸਤੇ 10-15-20 ਸਾਲ ਵਾਸਤੇ ਤੁਹਾਡੀਆਂ ਜਿਹੜੀਆਂ ਨੇ ਇਹ ਟੈਰੀਓਨ ਦੇ ਵਿੱਚ ਕਵਰ ਹੁੰਦੀਆਂ ਨੇ ਕਿਵੇਂ ਸਾਰੀ ਵਾਰੰਟੀ ਕੰਮ ਕਰਦੀ ਹੈ ਔਰ ਤੁਸੀਂ ਇਹਦਾ ਕਿਵੇਂ ਫਾਇਦਾ ਲੈ ਸਕਦੇ ਹੋ ਔਰ ਨਵੇਂ ਘਰ ਜਦੋਂ ਤੁਸੀਂ ਖਰੀਦਦੇ ਹੋ ਕਿਹੜੀਆਂ ਚੀਜ਼ਾਂ ਦਾ ਧਿਆਨ ਤੁਸੀਂ ਰੱਖਣਾ ਹੈ ਜੀ ਇਹਦੇ ਬਾਰੇ ਗੱਲਬਾਤ ਹੋਏਗੀ ਜੋਤਵਿੰਦਰ ਸਿੰਘ ਸੋਢੀ ਸਾਡੇ ਨਾਲ ਨੇ ਸੋਢੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੇਜਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਸਰੋਤਿਆਂ ਦੇ ਰੂਬਰੂ ਕਰਦੇ ਰਹਿੰਦੇ ਹੋ ਗਾਹੇ ਵਗਾਹੇ ਜੀ ਕਿਸੇ ਨਾ ਕਿਸੇ ਐਸੇ ਵਿਸ਼ੇ 'ਤੇ ਜਿਹੜਾ ਕਿ ਸਾਡੀ ਕਮਿਊਨਿਟੀ ਨਾਲ ਸਾਡੇ ਭਾਈਚਾਰੇ ਨਾਲ ਬਹੁਤ ਡੂੰਘਾ ਸੰਬੰਧ ਰੱਖਦਾ ਸੋਢੀ ਸਾਹਿਬ ਇੱਥੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਨੇ ਜੀ ਔਰ ਇਹਨਾਂ ਨੇ ਇੱਕ ਪ੍ਰੈਸ਼ਰ ਗਰੁੱਪ ਬਣਾਇਆ ਹੋਇਆ ਹੈ ਹੋਵਾ ਔਰ ਇਹ ਵੱਖ ਵੱਖ ਜਿਹੜੇ ਕਮਿਊਨਿਟੀ ਦੇ ਇਸ਼ੂਜ਼ ਨੇ ਇਹਨਾਂ ਤੋਂ ਪਹਿਲਾਂ ਸੈਕਸ ਐਜੂਕੇਸ਼ਨ ਦੇ ਇਸ਼ੂ ਦੇ ਉੱਤੇ ਵੀ ਐਟ ਦਾ ਸੇਮ ਟਾਈਮ ਇਹ ਕੰਮ ਕਰ ਰਹੇ ਨੇ ਜੀ ਟੈਰੀਓਨ ਵਾਰੰਟੀ ਦਾ ਵੀ ਵਿਸ਼ਾ ਇਹਨਾਂ ਨੇ ਬੜੀ ਦੇਰ ਤੋਂ ਚੱਕਿਆ ਹੋਇਆ ਅਸਲ 'ਚ ਟੈਰੀਓਨ ਵਾਰੰਟੀ ਸੋਢੀ ਸਾਹਿਬ ਹੈ ਕੀ ਔਰ ਇਹ ਵਾਰੰਟੀ ਕਾਰਪੋਰੇਸ਼ਨ ਜਿਹੜੀ ਹੈ ਜੀ ਕਿਵੇਂ ਇਹ ਨਿਊ ਹੋਮ ਬਾਇਰਸ ਨੂੰ ਕਵਰ ਕਰਦੀ ਥੋੜ੍ਹਾ ਐਲੈਬੋਰੇਟ ਕਰਕੇ ਦੱਸੋ ਜੀ ਇਹ ਜੀ ਟੈਰੀਓਨ ਇੱਕ ਆਰਗੇਨਾਈਜੇਸ਼ਨ ਹੈ ਜੀ ਇਹ ਇੱਕ ਬਿਲਡਰਸ ਦੀ ਬਾਡੀ ਹੈ ਜੀ ਜਿਹਨੂੰ ਕਿ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਜਿਹਦੇ ਕਿ ਮਿਨਿਸਟਰ ਸਾਡੇ ਓਨਟਾਰੀਓ ਦੇ ਡੇਵਿਡ ਔਰਜ਼ਾਟੀ ਨੇ ਆਨਰੇਬਲ ਉਹਨਾਂ ਦੀ ਮਿਨਿਸਟਰੀ ਦੇ ਅੰਡਰ ਮਿਨਿਸਟਰੀ ਆਫ ਗਵਰਨਮੈਂਟ ਐਂਡ ਕੰਜ਼ਿਊਮਰ ਅਫੇਅਰਸ ਦੇ ਅੰਡਰ ਕੰਮ ਕਰਦੀ ਹੈ ਜੀ ਇਹ ਜੀ ਅਤੇ ਅਨਫੋਰਚੁਨੇਟਲੀ ਇਹਦੇ ਵਿੱਚ ਮੈਜੋਰਟੀ ਜਿਹੜੇ ਹੈਗੇ ਨੇ ਜੀ ਉਹ ਬਿਲਡਰ ਨੇ 8 ਦੇ ਕਰੀਬ ਬਿਲਡਰ ਡਾਇਰੈਕਟਰ ਨੇ ਇਹਦੇ ਜੀ ਅਤੇ 4 ਡਾਇਰੈਕਟਰ ਜਿਹੜੇ ਨੇ ਗੌਰਮੈਂਟ ਨੋਮੀਨੇਟ ਹੁੰਦੇ ਨੇ ਅਤੇ ਜਿਹੜੇ ਨੋਮੀਨੇਟ ਹੁੰਦੇ ਨੇ ਉਹ ਆਮ ਤੌਰ 'ਤੇ ਕਿਹਾ ਜਾਂਦਾ ਕਿ ਕੰਜ਼ਿਊਮਰ ਲੋਬਿਸਟ ਹੁੰਦੇ ਨੇ ਜਾਂ ਕੰਜ਼ਿਊਮਰ ਪ੍ਰੈਸ਼ਰ ਗਰੁੱਪਸ 'ਚ ਹੁੰਦੇ ਨੇ ਜੀ ਜਾਂ ਕੰਜ਼ਿਊਮਰ ਲਈ ਕੰਮ ਕਰਨ ਵਾਲੀਆਂ ਆਰਗੇਨਾਈਜੇਸ਼ਨਾਂ 'ਚੋਂ ਜਾਂ ਇੰਡੀਵਿਜੁਅਲਸ ਜੀ ਪਰ ਹੁੰਦਾ ਕੀ ਹੈ ਆਪਣੇ ਚਹੇਤਿਆਂ ਨੂੰ ਇਹ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਹਮੇਸ਼ਾ ਹੀ ਜਿਹੜੀਆਂ ਪੋਲੀਟੀਕਲ ਪੋਸਟਸ ਨੇ ਅਤੇ ਉੱਥੇ ਵੀ ਆਪਣੀ ਕੋਈ ਰਿਪ੍ਰੈਜੈਂਟੇਸ਼ਨ ਨਹੀਂ ਰਹੀ ਫਿਰ ਇਹ 3 ਡਾਇਰੈਕਟਰ ਜਿਹੜੇ ਹੈ ਉਹ ਆਪਟ ਕਰਦੇ ਨੇ ਉਹ 3 ਡਾਇਰੈਕਟਰ ਵੀ ਆਪਸ 'ਚ ਵੰਡ ਲਏ ਜਾਂਦੇ ਨੇ ਅਤੇ ਉੱਥੇ ਇਹ ਆਪਣੇ ਆਪ ਸਵਾਲ ਖੜਾ ਹੋ ਜਾਂਦਾ ਹੈ ਕਿ ਸਾਨੂੰ ਪ੍ਰੋਟੈਕਟ ਕਰਨ ਵਾਲਾ ਹੀ ਜਿਹੜਾ ਖੇਤ ਨੂੰ ਬਾੜੀ ਖਾਣ ਵਾਲਾ ਕੰਮ ਹੈ ਵੀ ਜਿਹੜੇ ਸਾਨੂੰ ਪ੍ਰੋਟੈਕਟ ਕਰਨਾ ਉਹ ਬਿਲਡਰ ਨੇ ਕਿਹਦੇ ਤੋਂ ਪ੍ਰੋਟੈਕਟ ਕਰਨਾ ਉਹ ਵੀ ਬਿਲਡਰ ਨੇ ਜੀ ਜੀ ਇਹ ਸੈਲਫ ਕੰਟਰਾਡਿਕਟਰੀ ਜਿਹੜਾ ਹੈਗਾ ਇਹ ਪ੍ਰੋਸੈਸ ਹੈ ਇਹ ਕੀ ਗਵਰਨਮੈਂਟ ਦੀ ਬਾਡੀ ਹੈ ਜੀ ਇਹਦੀ ਗੌਰਮੈਂਟ ਦੇ ਮਿਨਿਸਟਰੀ ਦੇ
ਔਰ ਕੀ ਕੰਮ ਹੈ ਜੀ ਟਰਾਂਟੇਰੀਅਨ ਵਾਰੰਟੀ ਅਸਲ 'ਚ ਕੰਮ ਕੀ ਕਰਦੀ ਹੈ ਔਰ ਕਿਵੇਂ ਹੋਮ ਬਾਇਰਸ ਨੂੰ ਇਹ ਕਵਰ ਕਰਦੀ ਹੈ ਜੀ? ਉਹਨਾਂ ਦਾ ਜਿਹੜਾ ਪ੍ਰਾਇਮਰੀ ਮੈਂਡੇਟ ਹੈ ਉਹ ਹੈ ਜਦੋਂ ਬਿਲਡਰ ਤੋਂ ਆਪਾਂ ਨਵਾਂ ਘਰ ਲੈਂਦੇ ਹਾਂ, ਇੱਕ ਤਾਂ ਇਹ ਨਵੇਂ ਘਰਾਂ ਵਾਸਤੇ ਹੀ ਵਾਰੰਟੀ ਹੈਗੀ ਹੈ ਟਰਾਂਟੇਰੀਅਨ ਜਿਹੜੀ ਕਵਰ ਕਰਦੀ ਹੈ ਜਦੋਂ ਆਪਾਂ ਨਵਾਂ ਖਰੀਦਦੇ ਹਾਂ ਜੀ, ਅਤੇ ਉਹਨੂੰ ਬਿਲਡਰ ਦੇ ਉੱਤੋਂ ਇਨਫੋਰਸ ਕਰਨਾ ਬਿਲਡਰ ਨੂੰ ਕਿ ਜਿਹੜੀਆਂ ਉਹਦੀਆਂ ਵਾਰੰਟੀਜ਼ ਕਮਿਟ ਕੀਤੀਆਂ ਹੋਈਆਂ ਨੇ ਜਾਂ ਜਿਹੜੀਆਂ ਐਜ਼ ਪਰ ਦਾ ਗਾਈਡਲਾਈਨਸ ਨੇ ਰੂਲਸ ਰੈਗੂਲੇਸ਼ਨ ਦੇ ਮੁਤਾਬਕ ਨੇ ਉਹ ਡਿਲੀਵਰ ਕੀਤੀਆਂ ਜਾਣ। ਜੇ ਉਹ ਨਹੀਂ ਕਰਦਾ ਤਾਂ ਟੈਰੀਅਨ ਕਿਕਸ ਇਨ ਐਜ਼ ਏ ਰਿਪਲੇਸਮੈਂਟ ਫੋਰ ਦਾ ਬਿਲਡਰ, ਅਤੇ ਫਿਰ ਬਿਲਡਰ ਤੋਂ ਰਿਕਵਰ ਕਰਦੇ ਨੇ ਪੈਸਾ। ਕਿਸ ਤਰ੍ਹਾਂ ਕਰਦੇ ਨੇ ਉਹ, ਕੀ ਇਹ ਪ੍ਰੋਸੈਸ ਜਿਹੜਾ ਲੰਬਾ ਹੈ ਜੀ, ਵਿਚੋਲੇ ਦਾ ਕੰਮ ਕਰਦੀ ਹੈ ਬਿਟਵੀਨ ਨਿਊ ਹੋਮ ਬਾਇਰ ਐਂਡ ਬਿਲਡਰਸ? ਬਿਲਕੁਲ ਜੀ ਜੀ। ਅੱਛਾ, ਇਹਦੇ 'ਚ ਜਦੋਂ ਨਵੇਂ ਲੋਕ ਮੈਂ ਦੇਖਿਆ ਜੀ ਘਰ ਖਰੀਦਦੇ ਨੇ, ਬਹੁਤ ਸਾਰੀ ਲੋਕ ਐਕਸਾਈਟਮੈਂਟ ਹੁੰਦੀ ਹੈ ਜੀ ਨਵੇਂ ਹੋਮ ਬਾਇਰ, ਕਿਉਂਕਿ ਡ੍ਰੀਮ ਹੋਮ ਕਈਆਂ ਦਾ ਪਹਿਲਾ, ਦੂਸਰਾ, ਤੀਸਰਾ ਵੀ ਹੋ ਸਕਦਾ, ਉਦੋਂ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਨਹੀਂ ਹੁੰਦਾ ਜੀ ਲੋਕਾਂ ਨੂੰ, ਔਰ ਟੈਰੀਅਨ ਵਾਰੰਟੀ ਦਾ ਜਿਹੜਾ ਇੱਕ ਵੱਖਰਾ ਐਗਰੀਮੈਂਟ ਹੁੰਦਾ, ਕਿਉਂਕਿ ਅਸੀਂ ਆਮ ਤੌਰ 'ਤੇ ਐਗਰੀਮੈਂਟ ਸੇਲ ਐਂਡ ਪਰਚੇਸ ਦੇਖਦੇ ਰਹਿੰਦੇ ਹਾਂ ਕਿਉਂਕਿ ਸੇਮ ਫੀਲਡ 'ਚ ਹੈਗੇ ਹਾਂ ਜੀ, ਔਰ ਆਮ ਤੌਰ 'ਤੇ ਸਾਈਨ ਕਰਾ ਲਏ ਜਾਂਦੇ ਨੇ, ਇਹਦੀ ਵੱਖਰੀ ਫੀਸ ਵੀ ਬਾਇਰ ਤੋਂ ਹੀ ਲਈ ਜਾਂਦੀ ਹੈ ਜੀ, ਚਾਹੇ ਦੋ 2,500 4,000 ਤੱਕ ਵੀ ਕਈ ਵਾਰੀ ਹੁੰਦੀ ਹੈ ਜੀ, ਇਹ ਤੁਹਾਡੇ ਘਰ ਦੇ ਸਾਈਜ਼ ਦੇ ਮੁਤਾਬਕ ਜੀ, ਅਤੇ ਪ੍ਰਾਈਸ ਦੇ ਮੁਤਾਬਕ ਉਹਨਾਂ ਨੇ ਕੁਛ ਸਟੈਂਡਰਡ ਬਣਾਏ ਹੋਏ ਨੇ ਕਿ ਇਹਨਾਂ ਘਰਾਂ ਦੀ ਇੰਨੀ ਜਿਹੜੀ ਹੈਗਾ ਇੰਸ਼ੋਰੈਂਸ ਕਹਿ ਲਓ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ, ਇੱਕ ਇੰਸ਼ੋਰੈਂਸ ਆਪਾਂ ਬਾਏ ਕਰਦੇ ਹਾਂ। ਪਰ ਆਮ ਬਾਇਰ ਜਿਹੜਾ ਜੀ ਉਹਨੂੰ ਟੈਰੀਅਨ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਇਹਦੇ ਬਾਰੇ? ਅਸੀਂ ਜੀ, ਮੇਰੇ ਨਾਲ ਡਾਇਰੈਕਟਰ ਜਿਹੜੇ ਹੈਗੇ ਹਾਂ ਟੈਰੀਅਨ ਦੇ, ਉਹਨਾਂ ਨਾਲ ਮੇਰੀ ਕਾਫੀ ਲੰਬੀ ਡਿਸਕਸ਼ਨ ਹੋਈ। ਮੈਂ ਕਿਹਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਜੀ ਐਜ਼ ਏ ਨੋਰਮਲ ਬਾਇਰ ਵੀ ਟੈਰੀਅਨ ਹੈ ਕੀ ਹੈ, ਉਹਦਾ ਰੋਲ ਕੀ ਹੈ, ਐਜ਼ ਏ ਨਿਊ ਹੋਮ ਬਾਇਰ ਸਾਡੀਆਂ ਕੀ ਓਬਲੀਗੇਸ਼ਨਸ ਨੇ। ਜਿਵੇਂ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਪੀ ਡੀ ਆਈ ਪ੍ਰੀ ਡਿਲੀਵਰੀ ਇੰਸਪੈਕਸ਼ਨ ਜੀ, ਜਦੋਂ ਆਪਾਂ ਘਰ ਖਰੀਦਦੇ ਹਾਂ ਆਪਾਂ ਇੰਨੇ ਐਕਸਾਈਟਡ ਹੁੰਦੇ ਹਾਂ, ਆਪਾਂ ਬਸ ਉਹਦੇ ਲੇਆਊਟ ਅਤੇ ਫਰਨੀਚਰ ਵੱਲ ਨੂੰ ਧਿਆਨ ਦਿੰਦੇ ਹਾਂ, ਆਪਾਂ ਇਹ ਦੇਖਦੇ ਨਹੀਂ ਕਿ ਹੋਣੀਆਂ ਨਹੀਂ ਚਾਹੀਦੀਆਂ ਕਮੀਆਂ, ਸਾਰੇ ਬਿਲਡਰ ਖਰਾਬ ਨਹੀਂ ਹੈਗੇ, ਕੁਛ ਕੁ ਨੇ, ਬਟ ਸਾਨੂੰ ਉਹਦੇ ਘਰ ਦੇ ਵਿੱਚ ਜਿਹੜੀਆਂ ਕਮੀਆਂ, ਸਾਡਾ ਡਿਜ਼ਾਇਨ ਕੀ ਸੀ, ਸਾਡਾ ਲੇਆਊਟ ਕੀ ਕਹਿ ਰਿਹਾ, ਸਾਡੀਆਂ ਜਿਹੜੀਆਂ ਡਰਾਇੰਗਸ ਕੀ ਕਹਿ ਰਹੀਆਂ ਨੇ, ਫਿਰ ਉਹਦੇ ਵਿੱਚ ਹਾਰਡਵੁੱਡ ਦੇ ਵਿੱਚ ਕੋਈ ਡਿਫੈਕਟ ਹੈ, ਕੋਈ ਸਟਰਕਚਰ ਦੇ ਵਿੱਚ ਡਿਫੈਕਟ ਹੈ, ਸਾਈਜ਼ ਛੋਟਾ ਹੈ, ਕਈ ਵਾਰੀ 10 ਫੁੱਟ ਦੀ ਸੀਲਿੰਗ ਹੈ ਕਿ 9 ਫੁੱਟ ਦੀ ਸੀਲਿੰਗ ਦਿੱਤੀ ਗਈ ਹੈ ਜੀ। ਸੋ ਦੇਰ ਆਰ ਹੰਡਰਡਸ ਆਫ ਥਿੰਗਸ ਜੀ ਜੀ ਜਿਹੜੀਆਂ ਸਾਨੂੰ ਵਾਚ ਕਰਨ ਦੀ ਲੋੜ ਹੈ, ਉਹ ਪ੍ਰੀ ਡਿਲੀਵਰੀ ਇੰਸਪੈਕਸ਼ਨ ਪ੍ਰੋਪਰ ਕਰਨ ਦੀ ਲੋੜ ਹੈ। ਜੇ ਤੁਸੀਂ ਨਹੀਂ, ਤੁਸੀਂ ਇੰਨੀ ਵਾਕਫ ਨੌਲੇਜ ਹੈਗੀ ਜੀ, ਤਾਂ ਤੁਸੀਂ ਇੰਸਪੈਕਟਰ ਹਾਇਰ ਕਰੋ, ਜਿੱਥੇ ਤੁਸੀਂ ਹੁਣ ਤਾਂ ਮਿਲੀਅਨ ਤੱਕ ਆਮ ਹੋ ਗਏ ਜੀ ਘਰ ਜੀ ਜੀ, ਅਤੇ $200 ਇਹਦੇ ਵਾਸਤੇ ਵੀ ਦੇਣਾ ਕੋਈ ਵੱਡੀ ਗੱਲ ਨਹੀਂ ਹੈ ਜੀ। ਬੜੀ ਮਿਹਰਬਾਨੀ, ਆਪਣੀ ਗੱਲਬਾਤ ਸੁਣਸਾਬ ਚੱਲਦੀ ਰਹੇਗੀ, ਸਮਾਂ ਬ੍ਰੇਕ ਦਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਅਸੀਂ ਇਹਨਾਂ ਟੈਰੀਅਨ ਵਾਰੰਟੀ ਬਾਰੇ ਹੋਰ ਥੋੜ੍ਹਾ ਖੁੱਲ੍ਹ ਕੇ ਗੱਲਬਾਤ ਕਰਾਂਗੇ। ਇਹਦੇ 'ਚ ਬੜੀਆਂ ਚੀਜ਼ਾਂ ਨੇ ਜੀ ਜਿਹੜੀਆਂ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। ਅਸੀਂ ਦੱਸ ਦਈਏ ਕਿ ਸਪੈਸ਼ਲੀ ਅਸੀਂ ਓਨਟਾਰੀਓ ਸੂਬੇ ਦੀ ਗੱਲ ਕਰ ਰਹੇ ਹਾਂ, ਆਮ ਸ਼ੋਰ ਕਿ ਇਹਦੇ ਇਹੋ ਜਿਹੀ ਕੋਈ ਨਾ ਕੋਈ ਵਾਰੰਟੀ ਸਿਸਟਮ ਜਿਹੜਾ ਕੋਈ ਕਾਰਪੋਰੇਸ਼ਨ ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਔਰ ਅਲਬਰਟਾ ਜਾਂ ਹੋਰਾਂ ਸੂਬਿਆਂ 'ਚ ਵੀ ਹੋਏਗੀ, ਪਰ ਓਨਟਾਰੀਓ ਦੇ ਵਿੱਚ ਇਹ ਸਪੈਸ਼ਲੀ ਕੰਮ ਕਰ ਰਹੀ ਹੈ ਜੀ। ਪੀ ਡੀ ਆਈ ਪ੍ਰੀ ਡਿਲੀਵਰੀ ਇੰਸਪੈਕਸ਼ਨ, 30 ਡੇਜ਼, 1 ਈਅਰ ਵਾਰੰਟੀਜ਼, ਇਹ ਸਾਰੀਆਂ ਚੀਜ਼ਾਂ ਬਾਰੇ ਅਸੀਂ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ। ਛੋਟੇ ਜਿਹੇ ਵਕਫੇ ਤੋਂ ਬਾਅਦ ਜਲਦੀ ਵਾਪਸ ਆ ਰਹੇ ਹਾਂ ਜੀ। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੇਜਵੀਰ ਸਿੰਘ, ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਮੇਰੇ ਨਾਲ ਗੱਲਬਾਤ ਕਰਨ ਵਾਸਤੇ ਜੋਤਵਿੰਦਰ ਸੋਢੀ ਸਾਡੇ ਸਟੂਡੀਓ 'ਚ ਆਏ ਹੋਏ ਨੇ। ਵਿਸ਼ਾ ਸਾਡਾ ਹੈ ਜੀ ਅੱਜ ਦਾ, ਓਨਟਾਰੀਓ ਦੇ ਵਿੱਚ ਟੈਰੀਅਨ ਵਾਰੰਟੀ ਜਿਹੜੀ ਹੈ, ਤੁਹਾਡੇ ਨਵੇਂ ਘਰਾਂ ਨੂੰ ਕਿਵੇਂ ਤੁਸੀਂ ਜਿਹੜੀ ਉਹਦੀ ਵਾਰੰਟੀਜ਼ ਨੇ ਉਹ ਕਿਵੇਂ ਤੁਹਾਨੂੰ ਕਵਰ ਕਰਦੀ ਹੈ, ਕਿਵੇਂ ਉਹ ਬਿਲਡਰ ਔਰ ਨਿਊ ਹੋਮ ਬਾਇਰ ਦੇ ਵਿੱਚ ਇੱਕ ਵਿਚੋਲੇ ਦਾ ਕੰਮ ਕਰਦੀ ਹੈ। ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਧਿਆਨ ਰੱਖਣ ਵਾਲੀਆਂ ਨੇ। ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪੀ ਡੀ ਆਈ ਦੀ ਗੱਲ ਕਰ ਰਹੇ ਸੀ ਜੀ, ਪ੍ਰੀ ਡਿਲੀਵਰੀ ਇੰਸਪੈਕਸ਼ਨ। ਜਦੋਂ ਤੁਹਾਡੇ ਘਰ ਦੀ ਨਵੇਂ ਦੀ ਕਲੋਜ਼ਿੰਗ ਹੁੰਦੀ ਹੈ, ਤੁਹਾਨੂੰ ਚਾਬੀ ਦੇਣ ਤੋਂ ਪਹਿਲਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਕਿ ਜਿਸ ਤਰ੍ਹਾਂ ਤੁਸੀਂ ਘਰ ਖਰੀਦਿਆ ਸੀ, ਜਿਹੜੇ ਸਟਰਕਚਰ, ਲੇਆਊਟ, ਫਲੋਰ ਪਲਾਨਸ ਤੁਸੀਂ ਦੇਖੇ, ਕੀ ਇਹ ਚੀਜ਼ਾਂ ਸਾਰੀਆਂ ਉਹੀ ਨੇ, ਉਦੋਂ ਕੀ ਕੀ ਧਿਆਨ 'ਚ ਰੱਖਣ ਦੀ ਲੋੜ ਹੈ ਜੀ? ਉਦੋਂ ਬਿਲਕੁਲ ਜੀ ਸਟਰਕਚਰ ਡਰਾਇੰਗ ਨੂੰ ਮਿਲਾਓ ਜੀ, ਆਪਣੇ ਘਰ ਦੇ ਡਰਾਇੰਗਾਂ ਸਹੀ ਨੇ, ਸਾਈਜ਼ ਦੇਖੋ, ਅਤੇ ਉਸ ਤੋਂ ਇਲਾਵਾ ਐਕਸਟਰਾ ਜਿਹੜੀਆਂ ਕੋਸਮੈਟਿਕ ਡਿਫੈਕਟਸ ਨੇ ਜੀ, ਜਿਹੜਾ ਸਟਰਕਚਰ ਦਾ ਡਿਫੈਕਟ ਹੈ ਜਾਂ ਕੋਈ ਹੋਰ ਵੱਡਾ ਡਿਫੈਕਟ ਹੈ, ਉਹ ਤੁਸੀਂ ਬਾਅਦ 'ਚ ਵੀ ਕੀਤੇ, ਪਰ ਕੋਸਮੈਟਿਕ ਡਿਫੈਕਟ ਫਿਰ ਉਦੋਂ ਬਾਅਦ ਬਿਲਡਰ ਨਹੀਂ ਮੰਨਦਾ ਜੀ, ਜੀ ਜਦੋਂ ਤੁਸੀਂ ਮੂਵ ਇਨ ਹੋ ਗਏ ਜਾਂ ਤੁਸੀਂ ਚਾਬੀ ਲੈ ਲਈ ਜੀ। ਸੋ ਤੁਹਾਨੂੰ ਹਰ ਚੀਜ਼ ਨੂੰ ਬਾਰੀਕੀ ਨਾਲ ਦੇਖਣ ਦੀ ਲੋੜ ਹੈ, ਸਪੈਂਡ ਯੂਅਰ ਫੁੱਲ ਟਾਈਮ, ਅਤੇ ਉਹ ਜਦੋਂ ਉਹਨਾਂ ਦਾ ਜਿਹੜਾ ਹੈਗਾ ਬਿਲਡਰ ਦਾ ਬੰਦਾ ਲਿਖ ਰਿਹਾ ਹੁੰਦਾ, ਜਿਹੜਾ ਉਹਦਾ ਸੁਪਰਵਾਈਜ਼ਰ ਹੁੰਦਾ ਜਾਂ ਕੋਈ ਵੀ ਰਿਪ੍ਰੈਜੈਂਟੇਟਿਵ, ਅਤੇ ਤੁਸੀਂ ਉਹਨੂੰ ਲਿਖ ਕੇ ਮੇਕ ਸ਼ੋਰ ਕਰਨਾ ਕਿ ਹਰ ਚੀਜ਼ ਜੋ ਤੁਸੀਂ ਦੱਸ ਰਹੇ ਹੋ ਉਹੀ ਲਿਖ ਰਿਹਾ ਜੀ ਜੀ ਜੀ। ਤੁਸੀਂ ਉਹਨੂੰ ਪੜ੍ਹ ਕੇ ਫਿਰ ਉਹਦੇ 'ਤੇ ਸਾਈਨ ਕਰਨਾ, ਚਾਹੇ ਉਹ ਤੁਹਾਡਾ ਕੰਟਰੈਕਟ ਹੈ ਬਿਲਡਰ ਨਾਲ ਜੀ ਜਦੋਂ ਬੁੱਕ ਕਰਾਉਂਦੇ ਹਾਂ ਘਰ, ਅਤੇ ਚਾਹੇ ਪੀ ਡੀ ਆਈ ਹੈ, ਇਹ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਛੋਟੀਆਂ ਛੋਟੀਆਂ ਤਕਨੀਕੀ ਚੀਜ਼ਾਂ ਕਰਕੇ ਕਿਤੇ ਇੱਕ ਨੂੰ ਸਲੈਸ਼ ਅਤੇ ਇੱਕ 'ਚ ਫਰਕ ਨਹੀਂ ਹੈ, ਇਹੋ ਜਿਹੀਆਂ ਗਲਤੀਆਂ ਵੀ ਕੱਢ ਕੇ ਫਿਰ ਤੁਹਾਡਾ ਜਿਹੜਾ ਵਾਰੰਟੀ ਦਾ ਜਿਹੜਾ ਹੈਗਾ ਨਾ ਮਿਲਦਾ ਨਿਕਲੇ ਜੀ। ਅੱਛਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਵੇਂ ਦੱਸਿਆ ਗਿਆ ਕਿ 30 ਡੇਜ਼ ਜਾਂ ਫਿਰ 1 ਈਅਰ, ਜਾਂ ਫਿਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ 7 ਸਾਲ ਤੱਕ
ਜਾਂ ਤੁਹਾਡਾ ਕਿਤੇ ਫਾਊਂਡੇਸ਼ਨ ਦੇ ਵਿੱਚ ਕਰੈਕ ਆ ਰਿਹਾ ਜਾਂ ਬੇਸਮੈਂਟ ਦੇ ਵਿੱਚ ਹੈ ਜਾਂ ਤੁਹਾਡਾ ਕਿਤੇ ਆਪ ਕਹਿ ਲਓ ਵੀ ਦਰਵਾਜ਼ਿਆਂ ਦੇ ਵਿੱਚ ਕੋਈ ਦਿੱਕਤ ਹੈ, ਗਲਤ ਲੱਗੇ ਨੇ ਕੋਈ ਜਿਹੜੀਆਂ, ਤੁਸੀਂ ਇਹ ਦੇਖਣਾ ਵੀ ਪ੍ਰਾਈਸ ਦੇ ਮੁਤਾਬਕ ਉਹਨਾਂ ਦੀ ਇੰਸਪੈਕਸ਼ਨ ਕਰੋ। 80-20 ਦਾ ਰੂਲ ਜਿਹੜਾ ਬੜਾ ਸਿੰਪਲ ਰੂਲ ਹੈ ਉਹ ਲਾ ਕੇ ਦੇਖੋ ਕਿ ਤੁਹਾਨੂੰ ਕੋਸਟ ਕੀ ਕਰਦਾ। ਜੇ ਇੱਕ ਥੋੜ੍ਹਾ ਜਿਹਾ ਕੰਧ ਦੇ ਉੱਤੇ ਸਕਰੈਚ ਹੈ, ਮੇ ਬੀ ਤੁਹਾਡਾ$10 'ਚ ਠੀਕ ਹੋ ਜਾਏਗਾ, ਮਾੜਾ ਜਿਹਾ ਟਾਚਾ ਪੇਂਟ ਕੀਤਾ ਹੋ ਗਿਆ। ਅਤੇ ਉਹ ਜ਼ਿਆਦਾ ਉਹਨਾਂ ਦਾ ਫੋਕਸ ਉਹਨਾਂ ਚੀਜ਼ਾਂ ਵੱਲ ਹੁੰਦਾ, ਕੋਸਮੈਟਿਕ ਚੀਜ਼ਾਂ ਵੱਲ। ਜੀ ਕੰਧ 'ਤੇ ਦੇਖੋ ਜੀ ਸਕਰੈਚ ਹੈ, ਆਪਾਂ ਬੜੇ ਖੁਸ਼ ਹੁੰਦੇ, ਦੇਖੋ ਜੀ ਸਾਡੇ ਇਹ ਦਰਵਾਜ਼ਾ ਬੰਦ ਹੁੰਦੇ ਆਵਾਜ਼ ਕਰਦਾ ਸੀ, ਇਹਨੇ ਬਿਲਡਰ ਨੇ ਆਪੇ ਦੱਸਤਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਜੀ 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 ਜੀ। ਪਰ ਉਹਦੇ ਨਾਲ ਉਹਨੇ ਪੇਜ ਉਸੇ ਚੀਜ਼ਾਂ ਨਾਲ ਭਰ ਦੇਣਾ ਜੀ। ਤੁਸੀਂ ਇਹ ਫੋਕਸ ਕਰਨਾ ਕਿ ਸਾਡੇ ਜਿਹੜੀ ਫਾਊਂਡੇਸ਼ਨ ਹੈ, ਸਾਡੀ ਬੇਸਮੈਂਟ ਹੈ, ਕਿਤੇ ਜਿਹੜੇ ਜੋਇਸਟਿਕ ਲੱਗੇ ਹੋਏ ਉਹ ਠੀਕ ਨੇ ਜਾਂ ਉਹਦੇ ਵਿੱਚੋਂ ਕਿਤੇ ਆਵਾਜ਼ ਆਉਂਦੀ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕੋਸਟ ਇਫੈਕਟਿਵ ਨੇ, ਚਾਹੇ ਉਹ ਹਾਰਡਵੁੱਡ ਫਲੋਰਿੰਗ ਹੈ ਜੀ, ਚਾਹੇ ਤੁਹਾਡੀਆਂ ਟਾਇਲਾਂ ਨੇ, ਕਿਤੇ ਕੋਈ ਕਰੈਕ ਤਾਂ ਨਹੀਂ ਹੈ, ਕੋਈ ਟੁੱਟੀ ਵੀ ਤਾਂ ਨਹੀਂ ਹੈਗੀ ਜੀ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਟਾਈਮ ਬਾਈ ਟਾਈਮ ਸਾਰੀਆਂ ਚੀਜ਼ਾਂ ਨੂੰ ਦੇਖੋ। ਤੁਸੀਂ ਬੜੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਹੋ ਜੀ, ਤੁਸੀਂ ਇੱਕ ਤੁਹਾਡਾ ਕੇਸ ਵੀ ਚੱਲ ਰਿਹਾ ਜੀ ਕਿਸੇ ਬਿਲਡਰ ਦੇ ਨਾਲ, ਜਿਹੜਾ 30-40 ਓਨਰ ਜਿਹੜੇ ਨਿਊ ਹੋਮ ਬਾਇਰ ਸੀਗੇ ਜੀ, ਉਹਨਾਂ ਦੇ ਸਟਰਕਚਰਲ ਕੋਈ ਚੇਂਜਸ ਸੀਗੀਆਂ ਜਿਹਨਾਂ ਦੇ ਲੈ ਕੇ ਤੁਸੀਂ ਬਿਲਡਰ ਦੇ ਨਾਲ ਤੁਹਾਡੀ ਚੱਲ ਰਹੀ ਹੈ ਜੀ, ਇਹ ਕਿਹੜੀਆਂ ਚੀਜ਼ਾਂ ਨੇ ਜੀ? ਹੁਣ ਤੱਕ ਤੁਸੀਂ ਕਿੰਨੇ ਕਲੇਮ ਦੇ ਚੁੱਕੇ ਹੋ ਜੀ, ਕਿੰਨੇ ਦੇਖਣ 'ਚ ਆਏ ਨੇ ਜੀ, ਕਿੰਨੇ ਕਲੇਮ ਹੁੰਦੇ ਨੇ? ਬਹੁਤ ਜੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਪਹਿਲਾਂ ਜਿਹੜਾ ਸ਼ੁਰੂ ਹੁੰਦਾ ਜਦੋਂ ਆਪਾਂ ਬਿਲਡਰ ਨੂੰ ਆਪ ਕੰਟੈਕਟ ਕਰਦੇ ਹਾਂ, ਸਾਡਾ ਇਸ਼ੂ ਆ ਗਿਆ, ਮੈਂ ਵੀ ਕੀਤਾ ਉਸ ਤਰ੍ਹਾਂ ਹੀ, ਅਤੇ ਬਾਕੀ ਭੈਣ ਭਰਾ ਵੀ ਉਸ ਤਰ੍ਹਾਂ ਹੀ ਕਰਦੇ ਨੇ। ਉਸ ਤੋਂ ਬਾਅਦ ਜੇ ਨਹੀਂ ਹੁੰਦਾ, ਤੁਸੀਂ ਪਹਿਲਾਂ ਆਪਣੀ 30-day PDI ਉਹ ਜ਼ਰੂਰ ਭਰਨ, ਫਾਰਮ ਭਰਨੇ ਨਹੀਂ ਭੁੱਲਣੇ ਜੀ। ਤੁਸੀਂ ਜੇ ਨਹੀਂ ਪਤਾ ਕਿਸੇ ਨੂੰ ਆਲੇ ਦੁਆਲੇ ਪੁੱਛ ਲਓ, ਭੈਣ ਭਰਾ ਨੂੰ, ਕੰਪਿਊਟਰ 'ਤੇ ਵੀ ਭਰ ਸਕਦੇ ਹੋ, ਤੁਸੀਂ ਹਾਰਡ ਕਾਪੀ ਵੀ ਪ੍ਰਿੰਟ ਕਰਕੇ ਫੈਕਸ ਕਰ ਸਕਦੇ ਹੋ ਉਹਨਾਂ ਨੂੰ ਜੀ, ਈਮੇਲ ਵੀ ਕਰ ਸਕਦੇ ਹੋ, ਬੜੇ ਸਾਧਨ ਨੇ ਉਹਨੂੰ ਭੇਜਣ ਦੇ, ਪਰ ਫਾਰਮ ਜ਼ਰੂਰ ਔਨ ਟਾਈਮ ਭੇਜਣਾ ਜੀ, ਪਹਿਲਾ ਕੰਮ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਨਾਲ ਇਹ ਜਿਹੜੀਆਂ ਚੀਜ਼ਾਂ ਨੇ, ਇਹਦੇ ਕਲੇਮ ਚਾਹੇ ਤੁਹਾਡੇ ਸਟਰਕਚਰ ਦੇ ਕਰੈਕਸ ਤੋਂ ਲਾ ਲਓ ਜੀ, ਚਾਹੇ ਗਲਤ ਡਿਜ਼ਾਈਨ ਬਣਨ ਤੋਂ ਲਾ ਲਓ, ਚਾਹੇ ਤੁਹਾਡੇ ਹਾਰਡਵੁੱਡ ਦੇ ਵਿੱਚ ਕਰੈਕਸ ਲਾ ਲਓ, ਡੈਮੇਜਿਸ ਲਾ ਲਓ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਅਕਾਊਂਟ ਹੁੰਦੀਆਂ ਨੇ। ਇਹਨਾਂ ਦੇ ਕਲੇਮ ਆਉਂਦੇ ਨੇ, ਜਦੋਂ ਬਿਲਡਰ ਨਹੀਂ ਕਰਦਾ ਫਿਰ ਤੁਸੀਂ ਟੈਰੀਅਨ ਨੂੰ ਅਪਰੋਚ ਕਰਦੇ ਹੋ, ਟੈਰੀਅਨ ਮੀਡੀਏਟ ਕਰਦਾ ਜਾਂ ਟੈਰੀਅਨ ਦਾ ਇੰਸਪੈਕਟਰ ਆਉਂਦਾ। ਤੁਸੀਂ ਇੱਥੇ ਹੈਰਾਨ ਹੋਵੋਗੇ, ਟੈਰੀਅਨ ਦੀ ਕੋਈ ਸਟੈਂਡਰਡ ਨਹੀਂ ਹੈਗਾ ਇੰਸਪੈਕਸ਼ਨ ਦਾ, ਉਹ ਕਹਿੰਦੇ ਨੇ ਵਿਜ਼ੂਅਲੀ ਅੱਖਾਂ ਨਾਲ ਜਿਹੜੀ 1.5-2 ਫੁੱਟ ਦੇ ਜਗ੍ਹਾ ਦਿਖਦੀ ਹੈ ਚੀਜ਼, ਉਹ ਡਿਫੈਕਟ ਸਾਨੂੰ ਨਹੀਂ ਦਿਖ ਗਿਆ, ਲੱਗਿਆ ਠੀਕ ਹੈ ਤਾਂ ਠੀਕ ਹੈ, ਨਹੀਂ ਲੱਗਿਆ ਤਾਂ ਨਾ ਸੀ। ਇਹ ਤੁਹਾਡੀ ਅਤੇ ਮੇਰੀ ਅੱਖ 'ਚ ਫਰਕ ਹੋ ਸਕਦਾ, ਦੇਰ ਇਜ਼ ਨੋ ਕੰਪੈਰੀਜ਼ਨ ਕਿ ਇਹ ਸਟੈਂਡਰਡ ਦਾ ਡਿਫੈਕਟ ਹੈ, 3 ਇੰਚ ਦਾ ਡਿਫੈਕਟ ਹੋਣਾ ਚਾਹੀਦਾ, 4 ਇੰਚ ਦਾ ਹੋਣਾ ਚਾਹੀਦਾ, ਜਾਂ ਕੋਈ ਉੱਪਰੋਂ ਦਿਖ ਰਿਹਾ ਡਿਫੈਕਟ ਜਿਵੇਂ ਫਰੇਮ ਦੇ ਵਿੱਚ ਉੱਤੇ ਡਿਫੈਕਟ ਹੈ, ਉਹ ਨੋਰਮਲ ਵਿਊਇੰਗ ਕੰਡੀਸ਼ਨ 'ਚ ਦਿਖਣਾ ਹੀ ਨੀਗਾ ਜੀ, ਜੀ ਤਾਂ ਟੈਰੀ ਉਹਨਾਂ ਨੂੰ ਵਾਰੰਟੀ ਨਹੀਂ ਕਰਦੀ ਜੀ, ਅਤੇ ਫਾਊਂਡੇਸ਼ਨ ਦੇ ਵਿੱਚ 6 ਇੰਚ ਦਾ ਜਿਹੜਾ ਕਰੈਕ ਹੈ ਉਹ ਅਸੈਪਟੇਬਲ ਹੈ। ਇਹ ਜਿਹੜੇ ਮੈਂਡੇਟਸ ਹੈ ਇਹ ਟੈਰੀ ਉਹਨੂੰ ਬਣਾਉਂਦੀ ਹੈ, ਅਤੇ ਟੈਰੀ ਉਹਨੂੰ ਚਲਾ ਕੌਣ ਰਿਹਾ? ਬਿਲਡਰ ਰਹੇ ਹੈ, ਅਤੇ ਜਿਹੜੇ ਉਹ ਰੂਲਸ ਬਣਾ ਰਹੇ ਹੈ ਅਪਡੇਟ ਕਰਦੇ ਰਹਿੰਦੇ ਆ ਟਾਈਮ ਬਾਏ ਟਾਈਮ, 1976 ਤੋਂ ਚੱਲੀ ਆ ਰਹੀ ਟੈਰੀ ਉਹਨਾਂ, ਉਹ ਸਾਰੇ ਬਿਲਡਰ ਦੀ ਫੇਵਰ 'ਚ ਜਾ ਰਹੇ ਨੇ। ਅਤੇ ਜਦੋਂ ਟੈਰੀਓਨ ਤੁਹਾਡੀ ਗੱਲ ਨਹੀਂ ਸੁਣਦੀ, ਫਿਰ ਤੁਸੀਂ ਆਰਮਸਮੈਨ ਜਿਹੜਾ ਇੱਕ ਬ੍ਰਾਂਚ ਹੈ ਉਹਦੇ ਕੋਲ ਤੁਸੀਂ ਟੈਰੀਓਨ ਦੀ ਕੰਪਲੇਂਟ ਕਰਦੇ, ਉਹ ਟੈਰੀਓਨ ਦੀ ਇੱਕ ਸਬਸਿਡਰੀ ਬ੍ਰਾਂਚ ਹੈ ਜੀ ਜੀ, ਅਤੇ ਉੱਥੋਂ ਵੀ ਤੁਹਾਨੂੰ ਜਸਟਿਸ ਨਹੀਂ ਮਿਲਦਾ ਆਮ ਤੌਰ 'ਤੇ, ਜਿਹੜੇ ਲੋਕਾਂ ਨੇ ਸਟਰਗਲ ਕੀਤੀ ਉਹਨਾਂ ਨੂੰ ਪੁੱਛ ਕੇ ਦੇਖੋ ਜੀ, ਫਿਰ ਤੁਸੀਂ ਜਾਂਦੇ ਹੋ ਲਾਇਸੈਂਸ ਅਪੀਲ ਟ੍ਰਿਬਿਊਨਲ ਦੇ ਵਿੱਚ ਜੀ, ਅਤੇ ਉੱਥੇ ਤੁਹਾਡਾ ਕੇਸ ਉਦੋਂ ਤੁਹਾਨੂੰ, ਤੁਸੀਂ ਤਾਂ ਜਾ ਰਹੇ ਹੋ ਆਪਣੀ ਜੋਬ ਤੋਂ 5-10 ਦਿਨ ਦਿਹਾੜੀ ਤੋੜ ਕੇ, ਉੱਥੇ ਹੀ ਕਹਿ ਦਿੰਦੇ ਜੀ ਤੁਹਾਡਾ ਇਹ ਕੇਸ ਜਿਹੜਾ ਜੀ 15 ਦਿਨ ਚੱਲੇਗਾ ਜੀ, 15 working days। ਉੱਥੇ ਬਿਲਡਰ ਵੀ ਪੇਡ ਹੈ, ਟੈਰੀਓਨ ਦੇ ਮੁਲਾਜ਼ਮ ਵੀ ਤੁਹਾਡੇ ਪੈਸਿਆਂ 'ਚੋਂ ਟੈਕਸਪੇਅਰ ਦੀ ਮਨੀ 'ਚੋਂ ਪੇਡ ਹੈ, ਅਤੇ ਜਿਹੜਾ ਲਾਇਸੈਂਸ ਅਪੀਲ ਟ੍ਰਿਬਿਊਨਲ ਦਾ ਜੱਜ ਆ ਉਹ ਵੀ ਪੇਡ ਹੈ, ਅਤੇ ਤੁਸੀਂ 15-15, 20-20 ਦਿਨ ਉੱਥੇ ਤੁਸੀਂ ਰੋਜ਼ ਜਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਜੀ, ਅਤੇ ਉਹ ਤੁਹਾਨੂੰ ਇਹ ਡਰਾਇਆ ਜਾਂਦਾ ਸਾਰਾ ਕੁਛ, ਇਹ ਤੁਹਾਨੂੰ ਇਸ ਸਿਸਟਮ ਦੇ ਵਿੱਚ ਇੰਨੀਆਂ ਲੂਪ ਹੋਲ ਨੇ ਕਿ ਕਿਤੇ ਨਾ ਕਿਤੇ ਬੰਦਾ ਟ੍ਰੈਪ 'ਚ ਆ ਜਾਂਦਾ, ਬੰਦਾ ਗਿਵ ਅਪ ਕਰ ਜਾਂਦਾ। ਜਿੰਨੀਆਂ ਤੁਸੀਂ ਗੱਲਾਂ ਦੱਸੀਆਂ ਨੇ ਜੀ, ਟੈਰੀਓਨ ਦੇ ਵਿੱਚ ਆਹ ਦਿੱਕਤਾਂ ਆਉਂਦੀਆਂ ਨੇ, ਲੋਕਾਂ ਦਾ ਟਾਈਮ ਖਰਾਬ ਹੁੰਦਾ ਹੈ ਜੀ, ਕੋਰਟ ਕਚਹਿਰੀ 'ਚ ਬਹਿਣਾ ਪੈਂਦਾ, ਉੱਥੇ ਟੈਰੀਓਨ ਦੇ ਅਤੇ ਬਿਲਡਰ ਦੇ ਜਿਹੜੇ ਵਰਕਰਸ ਨੇ ਉਹ ਪੇਡ ਨੇ, ਪਰ ਤੁਹਾਡਾ ਟਾਈਮ ਬਹੁਤ ਖਰਾਬ ਹੋ ਜਾਂਦਾ, ਤੁਸੀਂ ਆਪਣਾ ਕੰਮ ਛੱਡ ਕੇ ਦਿਹਾੜੀ ਤੋੜ ਕੇ ਉੱਥੇ ਜਾਂਦੇ ਹੋ ਜੀ। ਇਸੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ 2014 'ਚ ਬ੍ਰਹਿਮਰੀ ਗੌਰ ਬਾਲਟਨ ਦੇ ਜਿਹੜੇ ਸਾਡੇ MPP MLA ਜਗਮੀਤ ਸਿੰਘ, ਇਹਨਾਂ ਨੇ ਇੱਕ ਅਕਾਊਂਟੇਬਿਲਟੀ ਬਿੱਲ ਵੀ ਮੇਰੇ ਖਿਆਲ ਲਿਆਂਦਾ ਸੀ, ਕਿ ਉਹਦੇ ਨਾਲ ਕੋਈ ਫਰਕ ਪਿਆ ਜੀ? ਬਿਲਕੁਲ ਜੀ, ਉਹਨਾਂ ਨੇ ਮੇਰੇ ਖਿਆਲ ਉਹਦਾ ਕੋਈ ਰਿਜ਼ਲਟ ਬਹੁਤ ਜ਼ਿਆਦਾ, ਇੱਕ ਤਾਂ ਬਹੁਤ ਚੰਗੀ ਗੱਲ ਹੈ ਕਿ ਉਹਨਾਂ ਨੇ ਇਕਦਮ ਕੀਤਾ ਜੀ ਜੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਤਾਂ ਉਹ ਆਪੋਜੀਸ਼ਨ ਦੇ ਵਿੱਚ ਸੀਗੇ ਜੀ, ਅਤੇ ਆਪੋਜੀਸ਼ਨ ਦਾ ਬਿੱਲ ਸਰਕਾਰ ਆਮ ਤੌਰ 'ਤੇ ਜਿਹੜਾ ਹੈ ਪਾਸ ਹੋਣਾ ਬੜਾ ਔਖਾ, ਕਿਉਂਕਿ ਤੁਹਾਨੂੰ ਫਲੋਰ ਦੇ ਉੱਤੇ ਮੈਜੋਰਟੀ ਚਾਹੀਦੀ ਹੈ ਜੀ, ਉਹ ਮੈਨੂੰ ਨਹੀਂ ਐਗਜੈਕਟਲੀ ਪਤਾ ਵੀ ਫਾਈਨ ਪ੍ਰਿੰਟ ਉਸ ਬਿੱਲ ਦੀ ਕੀ ਕੰਡੀਸ਼ਨ ਹੋਈ ਐਟ ਦੀ ਐਂਡ ਜੀ, ਬਟ ਅਸੀਂ ਉਸ ਬਿੱਲ ਦੀ ਸਪੋਰਟ ਕੀਤੀ ਸੀ, ਹਾਲਾਂਕਿ ਅਸੀਂ ਚਾਹੁੰਦੇ ਸੀ ਟੈਲੀਓਨ ਨੂੰ ਡਿਸੋਲਵ ਕਰਕੇ ਇਹਦੀ ਜਗ੍ਹਾ 'ਤੇ ਨਵੀਂ ਜਿਹੜੀ ਪਬਲਿਕ ਗਵਰਨਮੈਂਟ ਪਾਰਟਨਰਸ਼ਿਪ ਦੀ ਇੱਕ ਨਵੀਂ ਔਰਗਨਾਈਜੇਸ਼ਨ ਬਣੇ ਜਿਹੜੀ ਇਸ ਚੀਜ਼ ਨੂੰ ਪ੍ਰੋਪਰਲੀ ਦੇਖ ਰੇਖ ਕਰਕੇ ਇਹਦਾ ਕੋਈ ਸਹੀ ਹੱਲ ਲੱਭੇ।
ਜਿਹੜਾ ਹੈ ਬੈਟਰ ਸਰਵਿਸਿਜ਼ ਪ੍ਰੋਵਾਈਡ ਕਰਨ ਵਾਸਤੇ ਗਵਰਨਮੈਂਟ ਨੂੰ ਮੋਟੀਵੇਟ ਕਰਨਾ ਜਾਂ ਉਹਨਾਂ ਨਾਲ ਲਾਬੀ ਕਰਨਾ ਜੀ। ਸਾਡੀ ਗੱਲਬਾਤ ਚੱਲਦੀ ਰਹੇਗੀ ਸੁਰਜ ਸਾਹਿਬ, ਆਖਰੀ ਸੈਗਮੈਂਟ ਦੇ ਵਿੱਚ ਵੀ ਅਸੀਂ ਟੈਰੀਨ ਵਾਰੰਟੀ ਬਾਰੇ ਕੁਝ ਹੋਰ ਸਵਾਲਾਂ 'ਤੇ ਹਜੇ ਗੱਲਬਾਤ ਕਰਨੀ, ਪਰ ਸਮਾਂ ਬ੍ਰੇਕ ਦਾ ਹੋ ਚੁੱਕਿਆ ਜੀ। ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆ ਰਿਹਾ ਅਤੇ ਰਹਿੰਦੇ ਸਵਾਲਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਵੈਲਕਮ ਬੈਕ, ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੇਜਵੀਰ ਸਿੰਘ, ਗੱਲਬਾਤ ਸਾਡੇ ਨਾਲ ਕਰਨ ਵਾਸਤੇ ਜੋਤਵਿੰਦਰ ਸੋਢੀ ਇੱਥੇ ਸਟੂਡੀਓ 'ਚ ਮੌਜੂਦ ਨੇ, ਔਰ ਸਾਡੀ ਅੱਜ ਗੱਲਬਾਤ ਹੋ ਰਹੀ ਹੈ ਜੀ ਟੈਰੀਅਨ ਵਾਰੰਟੀ ਬਾਰੇ, ਕੁਝ ਰਹਿੰਦੇ ਸਵਾਲਾਂ ਦੇ ਉੱਤੇ ਸਾਡੀ ਗੱਲਬਾਤ ਹੋਣੀ ਹੈ ਜੀ। ਸੁਰਜ ਸਾਹਿਬ, ਕਈ ਵਾਰੀ ਅਸੀਂ ਦੇਖਦੇ ਹਾਂ ਜਿਹੜੇ ਤਾਂ ਇੱਕ ਤਾਂ ਬੜੇ ਨੋਨ ਬਿਲਡਰ ਨੇ ਜੀ, ਵੱਡੇ ਬਿਲਡਰ ਜਿਹਨਾਂ ਨੂੰ ਅਸੀਂ ਕਹਿ ਦਿੰਦੇ, ਜਿਹੜੀਆਂ ਵੱਡੀਆਂ ਵੱਡੀਆਂ ਸਬ ਡਿਵੀਜ਼ਨਸ ਕਰਦੇ ਨੇ, ਕਈ ਕੁਝ ਛੋਟੇ ਕਸਟਮ ਹੋਮ ਬਣਾਉਂਦੇ ਨੇ ਜੀ। ਜਦੋਂ ਲੈਟਸ ਸੇ ਆਈ ਹੈਵ ਅ ਲੋਟ ਅਤੇ ਮੈਂ ਉੱਥੇ ਘਰ ਬਣਾਉਣਾ ਚਾਹੁੰਦਾ ਜੀ, ਅਤੇ ਮੈਨੂੰ ਕੋਈ ਬਿਲਡਰ ਮਿਲ ਗਿਆ ਜੀ, ਮੈਨੂੰ ਕਿਵੇਂ ਪਤਾ ਲੱਗੇ ਕਿ ਇਹ ਬਿਲਡਰ ਜਿਹੜਾ ਉਹ ਟੈਰੀਅਨ ਰਜਿਸਟਰਡ ਬਿਲਡਰ ਹੈ ਜਾਂ ਨਹੀਂ? ਤੁਸੀਂ ਟੈਰੀਓ ਨੂੰ ਸਿੱਧਾ ਕਾਲ ਕਰੋ ਜੀ। ਟੈਰੀਓ ਦਾ ਬੜਾ ਸਿੰਪਲ ਜਿਹਾ ਫੋਨ ਨੰਬਰ ਹੈ, ਟੈਰੀਓ ਨੂੰ ਗੂਗਲ 'ਚ ਪਾਓ, ਤੁਹਾਡਾ ਫੋਨ ਨੰਬਰ ਆ ਜਾਣਾ, ਉਹਨਾਂ ਨੂੰ ਫੋਨ ਕਰਕੇ ਪੁੱਛੋ ਵੀ ਇਸ ਕੰਟਰੈਕਟ ਤੋਂ ਕਰਨਾ ਚਾਹੁੰਦੇ ਹਾਂ। ਵੈਸੇ ਸਿਟੀ ਨੂੰ ਵੀ ਇਹ ਗਾਈਡਲਾਈਨ ਹੈਗੀ ਹੈ ਕਿ ਉਹ ਜਿਹੜੇ ਰਜਿਸਟਰਡ ਬਿਲਡਰਸ ਨੂੰ ਹੀ ਅਲਾਓ ਕਰਦੇ ਹਾਂ ਕੰਸਟਰਕਸ਼ਨ ਦੀ। ਤੁਹਾਨੂੰ ਵੀ ਥੋੜ੍ਹਾ ਜਿਹਾ ਆਪਣੇ ਵੱਲੋਂ ਕੰਟਰੈਕਟ ਪ੍ਰੋਪਰ ਲਿਖੋ ਅਤੇ ਸਿਟੀ ਨੂੰ ਇਨਵੋਲਵ ਕਰੋ ਕਿ ਉਹਨਾਂ ਨੇ ਪ੍ਰੋਪਰਲੀ ਤੁਹਾਡੇ ਜਿਹੜੇ ਡਿਜ਼ਾਈਨ ਹੈ, ਮੈਪ ਹੈ, ਪਾਸ ਕਰਾਏ ਨੇ, ਕਿ ਪੇਪਰ ਵਰਕ ਪ੍ਰੋਪਰ ਕਰਨ ਦੀ ਲੋੜ ਹੈ ਤੁਹਾਨੂੰ ਐਜ਼ ਏ। ਮੈਨੂੰ ਲੱਗਦਾ ਕਿ ਸ਼ਾਇਦ ਜਿਹੜੇ ਜਦੋਂ ਤੁਸੀਂ ਐਗਰੀਮੈਂਟ ਕਰਦੇ ਹੋ ਜੀ ਬਿਲਡਰ ਨਾਲ, ਬਹੁਤ ਸਾਰੇ ਬਿਲਡਰ ਤੁਹਾਨੂੰ ਟਾਈਮ ਦਿੰਦੇ ਨੇ 10 ਦਿਨ ਦਾ ਕੂਲਿੰਗ ਆਫ ਪੀਰੀਅਡ ਜਾਂ 5 ਦਿਨ ਦਾ ਕੂਲਿੰਗ ਆਫ ਪੀਰੀਅਡ, ਤੁਸੀਂ ਉਹ ਐਗਰੀਮੈਂਟ ਜਿਹੜਾ ਆਪਣੇ ਲੋਇਰ ਕੋਲ ਜ਼ਰੂਰ ਲੈ ਕੇ ਜਾਓ। ਬਹੁਤ ਵਾਰ ਲੋਕ ਫਰਮ ਐਗਰੀਮੈਂਟਸ ਕਰਦੇ ਨੇ ਜੀ, ਅੱਜ ਕੱਲ੍ਹ ਨਵਾਂ ਟ੍ਰੈਂਡ ਮੈਂ ਇੱਥੇ GTH ਦੇਖਿਆ ਜੀ ਕਿ ਤੁਸੀਂ $10,000 ਦਾ, $20,000 ਦਾ ਡਿਪੋਜ਼ਿਟ ਜਿਹੜਾ ਉਹ ਨਾਲ ਲੈ ਕੇ ਆਉਣਾ ਜੀ, ਔਰ ਸਰਟੀਫਾਈਡ ਜਾਂ ਬੈਂਕ ਡਰਾਫਟ ਹੋਵੇ, ਔਰ ਫਰਮ ਐਗਰੀਮੈਂਟ ਹੁੰਦੇ ਨੇ, ਤੁਹਾਨੂੰ ਕੋਈ ਲੋਇਰ ਦਾ ਰਿਵਿਊ ਨਹੀਂ ਹੁੰਦਾ ਕਿਉਂਕਿ ਇੰਨਾ ਮੋਟਾ ਥੱਬਾ ਹੁੰਦਾ ਜੀ। ਤੁਸੀਂ ਸਾਈਨ ਕਰਦੇ ਜਾਂਦੇ ਹੋ, ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿੰਨੀ ਵਾਰੀ ਕਰ ਚੁੱਕੇ ਹੋ, ਸਾਈਨ ਕਰਦੇ ਕਰਦੇ ਤੁਸੀਂ ਸਾਈਨ ਕਰਨਾ ਹੀ ਭੁੱਲ ਜਾਂਦੇ ਹੋ, ਇੰਨੀ ਵਾਰੀ ਤੁਹਾਡੇ ਹੱਥ ਸਾਈਨ ਹੋ ਜਾਂਦੇ ਆ ਜੀ ਕਿ ਉਸ ਮੌਕੇ ਦੇ ਉੱਤੇ ਤੁਹਾਨੂੰ ਸਮਾਂ ਹੀ ਨਹੀਂ ਲੱਗਦਾ ਜੀ ਕਿ ਤੁਸੀਂ ਲੋਇਰ ਦਾ ਵੀ ਰਿਵਿਊ ਲਿਓ, ਉਹ ਜ਼ਰੂਰ ਹੋਣਾ ਚਾਹੀਦਾ। ਇੱਥੇ ਮੈਂ ਕਹਾਂਗਾ ਜੀ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਇੱਥੇ ਸਿਟੀ ਨੂੰ ਵੀ ਰੋਲ ਪਲੇ ਕਰਨ ਦੀ ਲੋੜ ਹੈ ਜੀ ਕਿ ਕੋਈ ਵੀ ਬਿਲਡਰ ਨੂੰ ਇਹ ਜਦੋਂ ਤੁਸੀਂ ਪਰਮਿਟ ਦਿੰਦੇ ਹੋ ਨਾ, ਜਦੋਂ ਸਬ ਡਿਵੀਜ਼ਨ ਬਣਦੀ ਹੈ ਬਿਲਡਰਾਂ ਨੂੰ ਪਰਮਿਟ ਮਿਲਦਾ ਜੀ ਕਿ ਤੁਸੀਂ ਇੰਨੇ ਘਰ ਬਣਾ ਸਕਦੇ ਹੋ ਜੀ, ਤਾਂ ਸਿਟੀ ਅਪਰੂਵਲ ਦਿੰਦੀ ਹੈ। ਇੱਕ ਤਾਂ ਬਿਲਡਰ ਦਾ ਜਿਹੜਾ ਹੈਗਾ ਕ੍ਰੈਡੈਂਸ਼ੀਅਲਸ ਕਿ ਉਹ ਕਿਸ ਸਟੇਟਸ ਦਾ, ਉਹਦੀਆਂ ਕੋਈ ਕਲੇਮ ਤਾਂ ਨਹੀਂ ਹੈਗੇ ਵੀ ਪਾਸਟ ਹਿਸਟਰੀ ਕੀ ਹੈ, ਉਹ ਸਿਟੀ ਦੀ ਵੈਬਸਾਈਟ ਤੇ ਹੋਣਾ ਚਾਹੀਦਾ ਇਨਫੋਰਮੇਸ਼ਨ, ਕਿਉਂਕਿ ਅਲਟੀਮੇਟਲੀ ਸਾਡਾ ਰਿਸ਼ਤਾ ਸਿਟੀ ਨਾਲ ਹੈ, ਟੈਕਸਪੇਅਰ ਦਾ, ਰੈਜ਼ੀਡੈਂਟਸ ਦਾ, ਬਿਲਡਰਾਂ ਦਾ ਨਹੀਂ ਹੈਗਾ। ਡਿਵੈਲਪਰ ਨੇ ਤਾਂ ਡਿਵੈਲਪ ਕਰਕੇ ਅੱਗੇ ਚਲੇ ਜਾਣਾ ਜੀ ਜੀ, ਇੱਦਾਂ ਹੀ ਕੰਟਰੈਕਟਸ ਦੇ ਵਿੱਚ ਸਿਟੀ ਨੂੰ ਇਹ ਕਰਨਾ ਨਹੀਂ ਚਾਹੀਦਾ। ਇਹਨਾਂ ਨੇ ਪਿੱਛੇ ਜੇ ਐਸੇ ਵੀ ਕੰਟਰੈਕਟ ਆਏ ਜਿਵੇਂ ਤੁਸੀਂ ਕਿਹਾ ਸਾਈਨ ਕੀਤੇ ਆ, ਤੇ ਉਸ ਤੋਂ ਬਾਅਦ ਉਹਨਾਂ ਨੇ ਗ੍ਰਿਲ ਲਾਤੀ ਪਿੱਛੇ ਘਰ ਦੇ ਜੀ ਜੀ ਜੀ, ਵਿਚ ਇਜ਼ ਨੋਟ ਸੇਫ ਜੀ। ਤੇ ਜੇ ਅਸੀਂ ਐਕਸਟੈਂਸ਼ਨ ਕਰਨੀ ਹੈ, ਸਾਡੇ ਵਾਸਤੇ ਹਜ਼ਾਰ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਨੇ ਸਿਟੀ ਉਸੇ ਸਿਟੀ ਤੋਂ। ਸੁਰਜ ਸਾਹਿਬ, ਆਪਾਂ ਕੋਈ ਵੀ ਚੀਜ਼ ਖਰੀਦਦੇ ਹਾਂ ਜੀ, ਚਾਹੇ ਕੋਈ ਸੈੱਲਫੋਨ ਹੀ ਖਰੀਦਣਾ ਹੈ, ਕੰਪਿਊਟਰ ਖਰੀਦਣਾ ਹੈ ਜੀ, ਅਸੀਂ ਹਰ ਇੱਕ ਚੀਜ਼ ਦਾ ਰਿਵਿਊ ਪੜ੍ਹਦੇ ਹਾਂ ਜੀ, ਕਿਸੇ ਸਟੋਰ ਤੋਂ ਸ਼ੋਪਿੰਗ ਕਰਨੀ, ਉਹਦੀ ਰੇਟਿੰਗ ਦੇਖਦੇ ਹਾਂ ਜੀ, ਕਿਸੇ ਰੈਸਟੋਰੈਂਟ 'ਚ ਵੀ ਖਾਣ ਜਾਣਾ, ਉਹਦਾ ਖਾਣਾ ਕਿੱਦਾਂ ਦਾ ਜੀ, ਲੋਕਾਂ ਨੇ ਉਹਦੇ ਬਾਰੇ ਕੀ ਲਿਖਿਆ ਪੜ੍ਹਿਆ ਸੁਣਿਆ ਉਹ ਦੇਖਦੇ ਹਾਂ। ਬਿਲਡਰਸ ਬਾਰੇ ਅੱਜ ਤੱਕ ਕਦੇ ਵੀ ਕੋਈ ਰਿਵਿਊ, ਕੋਈ ਰੇਟਿੰਗ ਦੇਖੀ ਨਹੀਂ ਜਾਂਦੀ ਜੀ। ਹੈਰਾਨੀ ਦੀ ਗੱਲ ਹੈ, ਜ਼ਿੰਦਗੀ 'ਚ ਸਭ ਤੋਂ ਬੜੀ ਇਨਵੈਸਟਮੈਂਟ ਹੈ ਜੀ, ਤੁਸੀਂ ਇਮੋਸ਼ਨਲੀ ਅਤੇ ਘਰ ਨਾਲ ਅਟੈਚ ਵੀ ਹੁੰਦੇ ਹੋ ਜੀ। ਇੱਥੇ ਆਪਾਂ ਥੋੜ੍ਹੀ ਜਿਹੀ ਨੈਗਲੀਜੈਂਸ ਮੈਂ ਕਹੂੰਗਾ ਸਾਡੇ ਸਾਰਿਆਂ ਵੱਲੋਂ, ਆਈ ਐਮ ਵਨ ਆਫ ਦੈਮ, ਮੈਂ ਕੋਈ ਡਿਫਰੈਂਟ ਨਹੀਂ ਹੈਗਾ ਬਾਕੀ ਨਾਲੋਂ, ਮੈਂ ਵੀ ਇਹ ਜਿਹੜੀਆਂ ਕੁਛ ਕਿਹੜੇ ਕੱਟ ਕਾਰਨਰਸ ਲੱਗੇ ਹੋਣਗੇ ਸਾਡੇ ਤੋਂ, ਉਹਦੀ ਖੈਰ ਸਾਨੂੰ ਅੱਗੇ ਲੰਬੇ ਸਮੇਂ ਦੇ ਵਿੱਚ ਅਸੀਂ ਬਿਲਡਰ ਦੇ ਰਿਵਿਊ ਨਹੀਂ ਦੇਖੇ ਸੀ ਆਪਣੇ ਟਾਈਮ 'ਤੇ ਜੀ ਜੀ, ਪਰ ਇਹ ਬਹੁਤ ਜ਼ਰੂਰੀ ਹੈ ਜੀ। ਜਿਵੇਂ ਤੁਸੀਂ ਪਹਿਲਾਂ ਦੱਸਿਆ ਜੀ ਕਿ ਟੈਰੀਓਨ ਦੇ ਵਿੱਚ ਜਿਹੜੇ ਇਹਦੇ ਡਾਇਰੈਕਟਰਸ ਨੇ, ਉਹਨਾਂ ਦੇ ਵਿੱਚੋਂ ਵੀ ਕੁਝ ਬਿਲਡਰਸ ਨੇ ਜਾਂ ਕੁਝ ਜਿਹੜੇ ਡਾਇਰੈਕਟਰ ਨੇ, ਦੋ ਤਿੰਨ ਕਿਹਾ ਆਇਆ ਜਾਂਦਾ ਕਿ ਜਿਹੜੇ ਕੰਜ਼ਿਊਮਰ ਜਾਂ ਪ੍ਰੈਸ਼ਰ ਗਰੁੱਪਸ 'ਚੋਂ ਨੇ, ਪਰ ਉਹ ਹੈ ਜਿਹੜੇ ਲੋਕਾਂ ਦੇ ਹੱਕ ਪ੍ਰੋਟੈਕਟ ਕਰਨੇ ਨੇ, ਉਹੀ ਉੱਥੇ ਬੈਠੇ ਨੇ ਜੀ, ਇਸ ਕਰਕੇ ਸ਼ਾਇਦ ਉਹਨਾਂ ਹੱਕਾਂ ਦੀ ਰਖਵਾਲੀ ਨਹੀਂ ਹੁੰਦੀ ਜਿੰਨੀ ਕਿ ਹੋਣੀ ਚਾਹੀਦੀ ਹੈ ਜੀ। ਤੁਸੀਂ ਕੀ ਸਮਝਦੇ ਹੋ ਜੀ ਕਿ ਵਾਰ ਵਾਰ ਇਹ ਵੀ ਸੁਣਨ ਨੂੰ ਆਉਂਦਾ ਕਿ ਸ਼ਾਇਦ ਟੈਰੀਓਨ ਦੀ ਫੰਡਿੰਗ ਵੀ ਜਿਹੜੀ ਪੋਲੀਟੀਕਲ ਪਾਰਟੀਜ਼ ਨੂੰ ਮਿਲਦੀ ਹੈ ਜੀ, ਇਹ ਕੀ ਸੱਚ ਹੈ? ਬਿਲਕੁਲ, ਇਹ ਖਬਰਾਂ ਆਈਆਂ ਨੇ ਜੀ ਪਿਛਲੇ ਸਮੇਂ ਦੇ ਵਿੱਚ ਵੀ ਕਿ ਇਹ ਇਕੱਲੀ ਟੈਰੀਓਨ ਨਹੀਂ ਜੀ, ਹੋਰ ਬੜੇ ਬੋਰਡ ਐਸੇ ਨੇ, ਬੜੀਆਂ ਐਸੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਪੋਲੀਟੀਕਲ ਫੰਡਿੰਗ ਦਿੰਦੀ ਹੈ ਜੀ, ਅਤੇ ਉਸ ਤੋਂ ਇਲਾਵਾ ਟਾਇਰਾਂ ਵਾਲਾ ਵੀ, ਹੁਣ ਜਿਹੜਾ ਰੀਸਾਈਕਲਿੰਗ ਟਾਇਰਾਂ ਵਾਲਾ ਐਡਾ ਬੜਾ ਇੰਸੀਡੈਂਟ ਹੋਇਆ ਜੀ, ਕਿ ਉਹ ਕਹਿ ਰਹੇ ਹੋ ਸਾਰੀ ਫੰਡਿੰਗ ਪੋਲੀਟੀਕਲ ਹੈ ਜੀ, ਇਹ ਚੀਜ਼ਾਂ ਨੂੰ ਰੋਕਣ ਦੀ ਲੋੜ ਹੈ। ਉਹ ਪ੍ਰੋਵਿੰਸ਼ੀਅਲ ਲੈਵਲ 'ਤੇ ਸਾਨੂੰ ਆਪਣੇ ਜਿਹੜੇ MPP ਹੈ, ਸਾਨੂੰ ਉਹਨਾਂ ਨੂੰ ਚੁਣ ਕੇ, ਮੈਂ ਫਿਰ ਇੱਥੇ ਕਹਾਂਗਾ, ਭੋਗ ਅਤੇ ਪਾਰਟੀ ਅਤੇ ਫੰਕਸ਼ਨ 'ਤੇ ਜ਼ਰੂਰ ਬੁਲਾਈਏ ਜੀ, ਉਹਨਾਂ ਨਾਲ ਫੋਟੋ ਖਿਚਾਈਏ। ਜਦੋਂ ਫੋਟੋ ਖਿਚਾਉਂਦੇ, ਮੈਂ ਬਾਰ ਬਾਰ ਕਹਿੰਦਾ ਹੁੰਦਾ, ਸਭ ਤੋਂ ਨੇੜੇ ਉਹਨਾਂ ਦੇ ਕੰਨ 'ਚ ਇੱਕ ਫੂਕ 30 ਸਕਿੰਟ ਦੀ, ਪਲੀਜ਼ ਸਰ ਮੈਡਮ ਕਿ ਤੁਸੀਂ ਇਸ ਪ੍ਰੋਵਿੰਸ ਵਾਸਤੇ ਕੀ ਕਰ ਰਹੇ ਹੋ, ਜਾਂ ਇਸ ਫੈਡਰਲ ਲੈਵਲ ਦੇ ਵਿੱਚ ਕੀ ਪਾਲਿਸੀਜ਼ ਆ ਰਹੀਆਂ ਨੇ ਨਵੀਆਂ, ਕੀ ਤੁਸੀਂ ਚੇਂਜਿਸ ਬੈਟਰ ਲੈ ਕੇ ਆ ਰਹੇ ਹੋ ਸਾਡੇ ਰੈਜੀਡੈਂਟ ਟੈਕਸ ਪੇਅਰ
ਤੁਹਾਡੇ ਕੋਈ ਮਿਨਿਸਟਰ ਜਾਂ ਤੁਹਾਡੇ ਕੋਈ ਕੌਂਸਲਰ ਜਦੋਂ ਤੁਹਾਡੇ ਵਿੱਚ ਵਿਚਰਨਗੇ ਨਾ ਜੀ, ਉਹ ਪ੍ਰਪੇਅਰਡ ਆਣਗੇ, ਤੁਹਾਡੇ ਕੰਮ ਆਪਣੇ ਆਪ ਹੋਣ ਲੱਗ ਜਾਣਗੇ। ਇਹ ਮੈਰਾਥੋਨ ਹੈ ਜੇ ਸਪਰਿੰਟਾ, ਚਾਹੇ ਸੈਕਸ ਐਜੂਕੇਸ਼ਨ ਦਾ ਇਸ਼ੂ ਲੈ ਕੇ ਚੱਲੇ ਸੀ ਜੀ, ਚਾਹੇ ਅਸੀਂ ਉਹ ਹਜੇ ਵੀ ਛੱਡਿਆ ਨਹੀਂ, ਵੀ ਆਰ ਸਟਿਲ ਲੋਬਿੰਗ ਐਂਡ ਆਲਸੋ ਅਸੀਂ ਥੋੜ੍ਹੀ ਜਿਹੀ ਪਾਲਿਸੀ ਦੇ ਚੇਂਜ ਕੀਤੀ, ਵੀ ਵਾਂਟ ਟੂ ਵਰਕ ਵਿਦ ਦ ਗਵਰਨਮੈਂਟ ਵਿਦ ਦ ਇਲੈਕਟਡ ਰਿਪ੍ਰੈਜੈਂਟੇਟਿਵ। ਡਜ਼ਨਟ ਮੈਟਰ ਤੁਹਾਡੀ ਪੋਲੀਟੀਕਲ ਐਫੀਲੀਏਸ਼ਨ ਕਿੱਥੇ ਸੀ ਜਾਂ ਨਹੀਂ ਸੀ, ਜਦੋਂ ਰਿਪ੍ਰੈਜੈਂਟੇਸ਼ਨ ਮਿਲਦੀ ਹੈ ਕਿਸੇ ਵੀ ਲੀਡਰ ਨੂੰ, ਉਹਨੂੰ ਸਾਰਿਆਂ ਦੀ ਮਿਲਦੀ ਹੈ, ਉਹਨੂੰ ਸਾਰਿਆਂ ਨੂੰ ਇੱਕ ਅੱਖ ਨਾਲ ਦੇਖ। ਮੈਂ ਤੁਹਾਡਾ ਇੱਕ ਵਿਊ ਪੁਆਇੰਟ ਜਾਨਣਾ ਚਾਹੁੰਦਾ ਜੀ ਇਸ ਗੱਲ ਦੇ ਉੱਤੇ। ਤੁਸੀਂ ਆਪਾਂ ਜਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਉਤੋਂ ਇਹ ਗੱਲ ਕਹਿ ਰਹੇ ਕਿ ਟੈਰੀ ਉਹਦੇ ਵਿੱਚ ਬਹੁਤ ਸਾਰੀਆਂ ਲੁਕਵੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਹਿਡਨ ਚੀਜ਼ਾਂ ਨੇ ਜਿਹੜੀਆਂ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ, ਸਾਡੀ ਵੀ ਸਮਝ ਤੋਂ ਬਾਹਰ ਹੈ। ਮੋਟਾ ਥੱਬਾ ਹੈ ਕਾਗਜ਼ਾਂ ਦਾ, ਸਮਝ ਨਹੀਂ ਆਉਂਦਾ, ਸਾਈਨ ਕਰਦੇ ਜਾਂਦੇ ਹੋ ਲਗਾਤਾਰ। ਪਰ ਹੁਣ ਇਹ ਪਤਾ ਲੱਗਿਆ ਜੀ ਕਿ ਟੈਰੀ ਉਹ ਨੇ ਪੰਜਾਬੀ ਦੇ ਵਿੱਚ ਵੀ ਫਲਾਇਰ ਛਾਪੇ ਨੇ, ਪੰਜਾਬੀ 'ਚ ਇਨਫੋਰਮੇਸ਼ਨ ਭੇਜੀ ਹੈ। ਮੈਂ ਉਹਦੀ ਯੂਟਿਊਬ ਵੀਡੀਓਜ਼ ਦੇਖ ਰਿਹਾ ਸੀ ਜੀ, ਯੂਟਿਊਬ ਦੇ ਉੱਤੇ ਵੀ ਉਹ ਬਲੌਗ ਕਰਦੇ ਨੇ ਕਿ ਤੁਸੀਂ ਕਿਵੇਂ ਕਿਵੇਂ ਕਿਹੜੀ ਕਿਹੜੀ ਸਟੈਪ ਦੇ ਉੱਤੇ। ਇੱਥੇ ਜਦੋਂ ਤੁਹਾਨੂੰ ਮੈਂ ਕਿਹਾ ਸੀ ਅਸੀਂ ਪਿਛਲੇ ਸਾਲ ਡੇਢ ਸਾਲ ਤੋਂ ਲੌਬੀ, ਇੱਥੇ ਮੈਂ ਕਿਹਾ ਸੀ ਮੈਰਾਥੋਨ ਹੈ ਜੀ। ਹੁਣ ਅਸੀਂ ਡੇਢ ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਵਾਸਤੇ ਲੌਬੀ ਕੀਤੀ, ਚਾਹੇ ਉਹ ਡਾਇਰੈਕਟਰ ਟੈਰੀ ਉਹਦੇ ਨਾਲ ਜੀ, ਚਾਹੇ ਉਹ ਅਸੀਂ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਨਾਲ ਲੌਬੀ ਕੀਤੀ, ਸਾਡੇ ਐਮ ਪੀ ਪੀਆਂ ਤੋਂ ਸਾਨੂੰ ਬਹੁਤਾ ਸਹਿਯੋਗ ਨਹੀਂ ਮਿਲਿਆ ਉਸ ਸਮੇਂ ਦੇ ਵਿੱਚ, ਸਾਨੂੰ ਬਾਈਪਾਸ ਕਰਕੇ ਅੱਗੇ ਜਾਣਾ ਪਿਆ। ਇੱਕ ਤਰੀਕਾ ਸੀ ਅਸੀਂ ਐਮ ਪੀ ਪੀ ਨੂੰ ਕਿਹਾ ਨਾ ਸਾਡੀ ਗੱਲ ਨਹੀਂ ਬਹੁਤ ਹੀ ਚੰਗੀ ਤਰ੍ਹਾਂ ਸੁਣੀ ਗਈ ਤਾਂ ਅਸੀਂ ਘਰੇ ਬੈਠ ਸਕਦੇ ਸੀ, ਦੂਜਾ ਤਰੀਕਾ ਸੀ ਅਸੀਂ ਉਹਨਾਂ ਨੂੰ ਬਾਈਪਾਸ ਕਰਕੇ ਉੱਪਰ ਚਲੇ ਗਏ ਜੀ। ਹੁਣ ਦੁਬਾਰਾ ਫਿਰ ਉਹਨਾਂ ਨੂੰ ਅਪਰੋਚ ਕੀਤਾ ਕਿ ਤੁਸੀਂ ਜਿਹੜੀਆਂ ਬਾਕੀ ਰਹਿੰਦੀਆਂ ਮੰਗਾਂ ਉਹ ਵੀ ਮਨਾਓ। ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਜੱਜ ਦੀ ਅਪਾਇੰਟਮੈਂਟ ਹੋਈ ਹੈ, ਮੈਂ ਤੁਹਾਨੂੰ ਦੱਸਦਾ ਟੈਰੀਅਨ ਰਿਵਿਊ ਐਟ ਅੰਟਾਰੀਓ ਡੋਟ ਸੀ ਏ ਵੈਬਸਾਈਟ ਈਮੇਲ ਐਡਰੈਸ ਹੈ ਜੀ, ਇਹਦੇ 'ਤੇ ਤੁਸੀਂ ਆਪਣੀ ਕੰਪਲੇਂਟ ਪਾ ਸਕਦੇ ਹੋ ਜੀ। ਇਹ ਸਾਰੀਆਂ ਚੀਜ਼ਾਂ ਨੇ, ਇਹ ਜਿਹੜੀਆਂ ਤੁਸੀਂ ਲੌਬੀ ਗਰੁੱਪ ਨੇ ਜਾਂ ਐਫਰਟਸ ਕਰਦੇ ਨੇ ਉਹਨਾਂ ਦਾ ਸਹਿਯੋਗ ਦਿਓਗੇ, ਜੇ ਉਹਨਾਂ ਦੇ ਪਿੱਛੇ ਸਾਡੇ ਲੀਡਰਾਂ ਨੂੰ ਪਤਾ ਹੋਏਗਾ ਕਿ ਮਾਸਿਸ ਆਰ ਫੋਲੋਇੰਗ ਦੈਮ, ਮਾਸਿਸ ਆਰ ਸਪੋਰਟਿੰਗ ਦੈਮ, ਤਾਂ ਹੀ ਕੰਮ ਹੋਣਗੇ, ਨਹੀਂ ਸਾਡੀ ਆਵਾਜ਼ ਉਸੇ ਹੀ ਬਾਕੀ ਆਵਾਜ਼ਾਂ ਦੇ ਵਿੱਚ ਦੱਬ ਕੇ ਰਹਿ ਜਾਏਗੀ। ਜੇ ਤੁਸੀਂ ਚਾਹੁੰਦੇ ਹੋ ਚੇਂਜਿਸ, ਚਾਹੇ ਉਹ ਤੁਹਾਡੇ ਸਿਟੀ ਦੇ ਟੈਕਸਿਸ ਦੋ ਵਾਰੀ ਵੱਧ ਗਏ ਜੀ, ਉਹਦੇ ਵਾਸਤੇ 150 ਮੈਂਬਰ ਸੀ ਜੀ, ਮੈਂ ਵਨ ਆਫ ਦੈਮ ਜਿਹੜੇ ਇਲੈਕਸ਼ਨ ਲੜੇ ਸੀ, ਇਹਦੇ 'ਚੋਂ 140 ਹਾਰੇ ਹਾਂ ਸੀ ਜੀ, ਅਤੇ 140 ਦੇ ਵਿੱਚੋਂ ਇੱਕ ਵੀ ਸਿਟੀ ਹਾਲ ਨਹੀਂ ਗਿਆ ਜੀ ਜੀ। ਤੁਹਾਡੇ ਟੈਕਸ ਜਦੋਂ ਸਾਰੇ ਸਿਟੀ 'ਤੇ ਇਫੈਕਟ ਪਿਆ, ਪਰ ਜਦੋਂ ਐੱਲ ਆਰ ਟੀ ਦਾ ਇਸ਼ੂ ਸੀ, ਸਾਡੀ ਕੌਂਸਲ ਤਾਂ ਡਿਵਾਈਡ ਸੀਗੀ, ਪਰ ਸਾਡੇ ਬਜ਼ੁਰਗ, ਸਾਡੇ ਭੈਣ ਭਰਾ ਸਾਰੇ ਰਾਤ ਨੂੰ 3-3 ਵਜੇ ਤੱਕ ਜਾਗੇ, ਉੱਥੇ ਤੁਸੀਂ 8-10 ਨਹੀਂ ਗਏ ਆਪਾਂ ਰਾਤ ਨੂੰ। ਇੱਥੇ ਆਪਾਂ ਨੂੰ ਵੀ ਸਵੈ ਪੜਚੋਲ ਦੀ ਲੋੜ ਹੈ ਕਿ ਕਿੱਥੇ ਸਾਨੂੰ ਸਾਰੀਆਂ ਚੀਜ਼ਾਂ ਫਰਕ ਪਾਉਂਦੀਆਂ ਨੇ। ਐੱਲ ਆਰ ਟੀ ਦਾ ਇਸ਼ੂ ਬਹੁਤ ਇੰਪੋਰਟੈਂਟ ਹੈ, ਪਰ ਟੈਕਸ ਤਾਂ ਹਰ ਘਰ ਦਾ ਵਧਿਆ ਜੀ, ਜੇ ਅਸੀਂ ਜਾਵਾਂਗੇ ਨਹੀਂ, ਅਸੀਂ ਕਹਾਂਗੇ ਨਹੀਂ, ਫਿਰ ਪਿੱਛੋਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਉਹਨਾਂ ਨਾਲ ਰਾਬਤਾ ਬਣਾਈਏ, ਉਹਨਾਂ ਨੂੰ ਅਕਾਊਂਟੇਬਲ ਬਣਾਈਏ। ਬੜੀ ਮਿਹਰਬਾਨੀ ਸੋਢੀ ਸਾਹਿਬ, ਤੁਸੀਂ ਸਮਾਂ ਕੱਢ ਕੇ ਆਏ, ਇੰਨੀ ਸਾਰੀ ਇਨਫੋਰਮੇਸ਼ਨ ਸਾਨੂੰ ਦਿੱਤੀ, ਬਹੁਤ ਬਹੁਤ ਧੰਨਵਾਦ। ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਧੰਨਵਾਦ ਤੇਜਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹੀ ਇੱਕ ਸਾਡੇ ਕੋਲ ਜ਼ਰੀਆ, ਤੁਹਾਡੇ ਥਰੂ ਸਾਡੀ ਆਵਾਜ਼ ਜਿਹੜੀ ਹੈ ਭੈਣਾਂ ਭਰਾਵਾਂ ਤੱਕ ਪਹੁੰਚਦੀ ਹੈ, ਪਰ ਉਸ ਆਵਾਜ਼ ਪਹੁੰਚਣ ਦਾ ਫਾਇਦਾ ਇਹਨਾਂ ਨੂੰ ਵੀ ਤਾਂ ਹੀ ਹੈ ਅਤੇ ਸਾਨੂੰ ਵੀ ਤਾਂ ਹੀ ਹੈ। ਜੇ ਤੁਸੀਂ ਆਵਾਜ਼ ਨੂੰ ਅੱਗੇ ਲੰਬੀ ਕਰੋਗੇ, ਵੱਡੀ ਕਰੋਗੇ, ਉਹਨਾਂ ਲੀਡਰਾਂ ਨੂੰ ਅਕਾਊਂਟੇਬਲ ਬਣਾਓਗੇ ਰਿਸਪੈਕਟਫੁਲੀ, ਪਿਆਰ ਨਾਲ, ਤਾਂ ਕਿ ਆਪਾਂ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਆਪਣੇ ਬੱਚਿਆਂ ਲਈ ਉਸਾਰ ਸਕੀਏ। ਇਹ ਸਨ ਜੋਤਵਿੰਦਰ ਸਿੰਘ ਸੋਢੀ, ਜਿਹੜੇ ਹੋਵਾ ਤੋਂ ਨੇ ਜੀ, ਇਹਨਾਂ ਦੀ ਐਸੋਸੀਏਸ਼ਨ ਹੈ, ਇਹਨਾਂ ਦਾ ਇੱਕ ਪ੍ਰੈਸ਼ਰ ਗਰੁੱਪ ਹੈ ਜੀ, ਜਿਹੜੇ ਵੱਖ ਵੱਖ ਕਮਿਊਨਿਟੀ ਦੇ ਜਿਹੜੇ ਸਾਡੇ ਭਾਈਚਾਰੇ ਦੇ ਮੁੱਦੇ ਨੇ, ਉਹ ਨਾ ਸਿਰਫ ਸਾਡੇ ਭਾਈਚਾਰੇ ਦੇ ਬਲਕਿ ਜਿਹੜੇ ਕਮਿਊਨਿਟੀ ਐਟ ਲਾਰਜ, ਸਾਡੇ ਜਿਹੜੇ ਸਾਰੇ ਭਾਈਚਾਰਿਆਂ ਦੇ ਮੁੱਦੇ ਨੇ ਜੀ, ਸਾਡੀ ਕਮਿਊਨਿਟੀ ਦੇ ਇੱਥੋਂ ਦੇ ਲੋਕਲ ਮੁੱਦੇ ਨੇ, ਜਿਵੇਂ ਸੈਕਸ ਐਜੂਕੇਸ਼ਨ ਦਾ ਅੰਟਾਰੀ, ਉਹਦੇ ਵਿੱਚ ਸਿਲੇਬਸ ਦਾ ਇੱਕ ਬੜਾ ਵੱਡਾ ਮੁੱਦਾ ਪਿਛਲੇ 2 ਤੋਂ ਚੱਲ ਰਿਹਾ ਹੈ ਜੀ, ਜਾਂ ਫਿਰ ਟੈਰੀਓਨ ਵਾਰੰਟੀ ਵਰਗੇ ਇਸ਼ੂਜ਼ ਦੇ ਉੱਤੇ ਕੰਮ ਕਰ ਰਹੇ ਨੇ। ਅੱਜ ਦਾ ਇਨਫੋਰਮੇਸ਼ਨ ਕਾਫੀ ਸੀ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਤੁਸੀਂ ਰੀਅਲ ਸਟੇਟ 'ਚ ਇਨਵੈਸਟ ਕਰਦੇ ਹੋ, ਬਹੁਤ ਸਾਰੇ ਇਨਵੈਸਟਰ ਵੀ ਸ਼ਾਇਦ ਪ੍ਰੋਗਰਾਮ ਵੇਖਦੇ ਹੋਣਗੇ ਅੰਟਾਰੀਓ ਦੇ ਵਿੱਚ, ਜਾਂ ਫਿਰ ਨਵੇਂ ਘਰਾਂ ਦੇ ਬਾਇਰ ਜਿਹੜੇ ਐਕਸਾਈਟਮੈਂਟ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਸਟੈਪ ਲੈ ਜਾਂਦੇ ਹੋ, ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ, ਇਹਦੇ ਬਾਰੇ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਏਗੀ, ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਏਗੀ। ਟੈਰੀਓਨ ਦੀ ਵੈਬਸਾਈਟ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ, ਉਹ ਬਹੁਤ ਸਾਰੇ ਯੂਟਿਊਬ ਵੀਡੀਓਜ਼ ਪਏ ਨੇ ਜਿਹੜੇ ਤੁਹਾਨੂੰ ਦੱਸਦੇ ਨੇ ਕਿ ਕਿਵੇਂ ਤੁਸੀਂ ਖਰੀਦੋ ਫਰੋਖੋ ਤੋਂ ਬਾਅਦ ਜੇ ਕੋਈ ਕਲੇਮਸ ਨੇ ਤੁਹਾਡੇ, ਉਹ ਤੁਸੀਂ ਕਿਵੇਂ ਆਪਣੇ ਲੈਣੇ ਹੈ ਜੀ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਪ੍ਰੋਟੈਕਟ ਕਰਦੀਆਂ ਨੇ, ਟੈਰੀਓਨ ਤੁਹਾਡੇ ਪਿੱਛੇ ਬਿਲਡਰ ਦੇ ਲਈ ਕਿਵੇਂ ਖੜਦੀ ਹੈ ਜੀ, ਤੁਸੀਂ ਇਹਨਾਂ ਗੱਲਾਂ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। ਬਹੁਤ ਸਾਰਾ ਕੁਝ ਆਨਲਾਈਨ ਅਵੇਲੇਬਲ ਪਿਆ ਹੈ ਆਪਣੇ ਭਾਈਚਾਰੇ ਵਾਸਤੇ, ਪੰਜਾਬੀ ਦੇ ਵਿੱਚ ਵੀ ਹੁਣ ਫਲਾਇਰ ਛਾਪੇ ਗਏ ਨੇ, ਉਹ ਵੀ ਆਨਲਾਈਨ, ਉਹਦੇ PDF ਵਰਜ਼ਨ ਵਗੈਰਾ ਕਾਫੀ ਕੁਝ ਅਵੇਲੇਬਲ ਹੈ, ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਅੱਜ ਦਾ ਸਮਾਂ ਦੇਣ ਲਈ ਸਾਨੂੰ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫਿਰ ਕਿਸੇ ਖਾਸ ਵਿਸ਼ੇ 'ਤੇ ਖਾਸ ਮਹਿਮਾਨਾਂ ਦੇ ਨਾਲ ਸਾਡੀ ਗੱਲਬਾਤ ਹੋਏਗੀ, ਤਦ ਤੱਕ ਲਈ ਦੇ ਦਿਓ ਆਗਿਆ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।